کفارت ہے. ہر دور میں ہم لوگ عشق رسالت کے امی تھے, ہر دور میں ہم لوگ عشق رسالت کے امی تھے. تم چھوڑ کے بھاگ آئے تھے, ہم لوگ وہیں تھے. کس منہ سے منائیں گے وہ میلاد محمد کا جو لوگ محمد کے جنازے میں نہیں تھے. بسم اللہ الرحمن الرحیم. الحمدللہ رب العالمین, الصلاۃ والسلام علی اشرف الانبیاء والمرسلین و اہل بیت الطاہرین المعصومین, اما بعد. بسم اللہ الرحمن الرحیم. وما محمد الا رسول, درود بر محمد و آل محمد. گل موقع دی تے موقع دیاں گلاں کرنی چاہنا, تے جڑے میرا گھر بانی دی حیثیت نال بیٹھا ہوا ਤੇ ਮੌਲਵੀ ਵੈਸੇ ਹੀ ਗਰਮ ਹੁੰਦਾ ਹੈ. ਤੁਸੀਂ ਇਸ਼ਤਿਹਾਰਾਂ 'ਤੇ ਪੜ੍ਹੇ ਨਾ, ਫਲਾਣਾ ਮੌਲਵੀ ਸ਼ੋਅ ਲਾ ਪਿਆ, ਉਹਦੇ ਮੂੰਹ 'ਚੋਂ ਅੱਗ ਨਹੀਂ ਨਿਕਲਦੀ. ਅਤੇ ਮੈਨੂੰ ਅੱਜ ਖਵਾਉਣਾ ਮਿੱਠਾ ਚੋਈ ਚਾਹੀਦਾ ਸੀ, ਅਤੇ ਬਾਈਆਂ ਨੇ ਤੇਜ਼ ਸਾਲਣ 'ਚ ਮਰਚਾ ਸਨ, ਅਤੇ ਮੈਂ ਉਵੇਂ ਹੀ ਪੜ੍ਹਨਾ ਫਿਰ. ਮੈਂ ਕੁਰਾਨ ਪਾਕ ਦੀ ਆਇਆ ਮਜੀਦ ਤਲਾਵਤ ਦਾ ਸ਼ਰਫ ਹਾਸਲ ਕੀਤਾ, ਜਿਸ ਦੇ ਵਿੱਚ ਅਰਸ਼ਾਦੇ ਰੱਬੁਲ ਇੱਜ਼ਤ ਹੈ, ਵਾਮਾ ਮੁਹੰਮਦ ਉਨਿਲਾ ਰਸੂਲ, ਮੁਹੰਮਦ ਕੁਛ ਨਹੀਂ ਫਕਤ ਰਸੂਲ ਹੈ. ਠੀਕ ਹੈ, ਕਿਵੇਂ ਕੁਛ ਨਹੀਂ ਬਹਿਸ ਹੋ ਸਕਦੀ ਹੈ? ਆਮਨਾ ਦਾ ਬੇਟਾ ਹੈ, ਅਬਦੁੱਲਾ ਦਾ ਬੇਟਾ ਹੈ, ਅਬਦੁਲ ਮੁਤਲਬ ਦਾ ਪੋਤਾ ਹੈ, ਅਬੂ ਤਾਲਬ ਦਾ ਭਤੀਜਾ ਹੈ, ਅਲੀ ਦਾ ਭਾਈ ਹੈ, ਹਸਨੈਨ ਦਾ ਨਾਨਾ ਹੈ, ਜਨਾਬ ਸੈਯਦ ਨਿਸਾਇਲ ਆਲਮੀਨ ਦਾ ਬਾਬਾ ਹੈ, ਅਜ਼ਵਾਜ ਦਾ ਸ਼ੌਹਰ ਹੈ. ਠੀਕ, ਆਖਿਆ ਮੁਹੰਮਦ ਕੁਛ ਨਹੀਂ, ਉਹ ਫਕਤ ہمارا رسول ہے. اللہ رشتے توڑ دے, اللہ رشتے توڑ دے. محمد کچھ نہیں, ہن ناز نہ کرنا کہہ لی دا بھائی ہے, مت ناز کرنا سنین دا نانا ہے, رشتہ ختم. محمد کچھ نہیں, فقط رسول ہے. جب قرآن آکھنا نہیں پھر نہیں, ہن سارے رشتے ختم. نہ ازواج دا شوہر, نہ علی دا بھائی, نہ حسنین دا نانا, ਨਾ ਬੇਟੀ ਦਾ ਬਾਬਾ, ਨਾ ਅਬੂ ਤਾਲਬ ਦਾ ਭਤੀਜਾ, ਨਾ ਅਬਦੁਲ ਮੁਤਲਬ ਦਾ ਪੋਤਾ. ਅੱਲਾ ਰਿਸ਼ਤੇ ਖਤਮ ਕਰਤੇ. ਵਾਮਾ ਮੁਹੰਮਦ ਉਨ ਇਲਾ ਰਸੂਲ, ਸਾਰੇ ਰਿਸ਼ਤੇ ਖਤਮ ਕਰ. ਉਹ ਫਕਤ ਰਸੂਲ ਹੈ, ਸਿਰਫ ਰਸੂਲ ਹੈ. ਐਸਾ ਮੁਹੰਮਦ ਜਿਹੜਾ ਫਕਤ ਰਸੂਲ ਹੈ, ਅਗਰ ਕਿਸੇ ਮਕਾਮ 'ਤੇ ਆਪਣੀ ਬੇਟੀ ਨੂੰ ਆਉਂਦੇ ਵੇਖ ਕੇ ਖੜਾ ਹੋ ਜਾਵੇ, ਤਾਂ ਬਾਪ ਖੜਾ ਨਹੀਂ ਹੋਇਆ, ਰਸਾਲਤ ਖੜੀ ਹੋ ਗਈ. ਐਸਾ ਮੁਸਤਫਾ ਜੀ ਦਾ ਰਿਸ਼ਤੇ ਤਮਾਮ ਟੁੱਟ ਚੁੱਕੇ ਨੇ. ਅਗਰ ਚੱਚਾ ਤੋਂ ਮਦਦ ਮੰਗੇ, ਭਤੀਜਾ ਮਦਦ ਨਹੀਂ ਮੰਗੀ, ਰਸਾਲਤ ਨੇ ਮਦਦ ਮੰਗੀ. ਐਸਾ ਮੁਹੰਮਦ ਜਿਹਦਾ ਤਮਾਮ ਰਿਸ਼ਤੇ ਖਤਮ ਹੋ ਚੁੱਕੇ ਨੇ. ਅਗਰ ਨਵਾਸੇ ਵਾਸਤੇ ਨਾਕਾ ਬਣੇ, ਨਾਨਾ ਨਾਕਾ ਨਹੀਂ ਬਣਿਆ, ਰਸਾਲਤ ਨਾਕਾ ਬਣ ਗਈ. ਜਿਹੜੀ ਗੱਲ ਕਰਨਾ ਜ਼ਿੰਮੇਵਾਰੀ ਨਾਲ ਗਰਮੀ ਕਰਨੀ ਹੈ, ਕਿਉਂਕਿ ਜ਼ਿੰਮੇਵਾਰ ਬੰਦਾ ਅਤੇ ਤੁਸੀਂ ਪੁਰਾਣੇ ਅਤੇ ਨਸਲੀ ਸ਼ੀਆ ਹੋ, ਅਤੇ ਮੈਂ ਨਸਲੀ ਸ਼ੀਆ ਨਹੀਂ, ਅਤੇ ਮਗਰ ਕੱਟ ਮੌਲਾ ਨੇ ਇਤਨੀ ਅਤਾ ਕੀਤੀ ਨਸਲੀਆਂ ਨੂੰ ਗਿਆ. ਉਹ ਖੁਰੇ ਮੇਰੇ ਕੋਲ ਹੈ ਨਾ ਜਿਹੜੇ ਤੁਹਾਡੇ ਕੋਲ ਇਸ ਟਾਈਮ ਵੀ ਕੋਈ ਨਹੀਂ. ਠੀਕ ਹੈ, ਖੋਜੀ ਦਾ ਕੰਮ ਹੁੰਦਾ ਖੁਰਾ ਕੱਢਣਾ. ਜੇ ਸਾਈਆਂ 'ਚ ਪਾਵਰ ਹੋਵੇ ਤਾਂ ਮਾਲ ਆਪ ਬਰਾਮਦ ਕਰਾ ਲੈਂਦੇ ਨੇ. ਠੀਕ ਹੈ, ਅਤੇ ਮੈਂ ਖੁਰੇ ਕੁਛ ਦੱਸਣ ਵਾਸਤੇ ਆਇਆ. ਐਸਾ ਮੁਹੰਮਦ ਜੀ ਦੇ ਤਮਾਮ ਰਿਸ਼ਤੇ ਟੁੱਟ ਚੁੱਕੇ ਨੇ, ਖਤਮ ਹੋ ਚੁੱਕੇ ਨੇ. ਅਗਰ ਆਪਣੇ ਭਾਈ ਨੂੰ ਕੰਧੇ 'ਤੇ ਬੁਲੰਦ ਕਰੇ, ਭਾਈ ਬੁਲੰਦ ਨਹੀਂ ਕੀਤਾ, ਰਸਾਲਤ ਨੇ ਬੁਲੰਦ ਕਰਤਾ.
ਐਸਾ ਮੁਹੰਮਦ ਜਿਹਦੇ ਰਿਸ਼ਤੇ ਖਤਮ ਹੋ ਚੁੱਕੇ ਨੇ। ਅਗਰ ਆਪਣੀ ਜ਼ੌਜਾ ਨਾਲ ਨਾਰਾਜ਼ ਹੋ ਜਾਵੇ, ਸ਼ੌਹਰ ਨਾਰਾਜ਼ ਵੀ ਹੈ, ਸਾਰੇ ਨਾਰਾਜ਼ ਹੋ ਗਏ, ਠੀਕ ਹੈ। ਸਰਕਾਰ ਮੁਸਤਫਾ, ਲੋਕ ਕਹਿੰਦੇ ਨੇ ਮੁਹੰਮਦ ਮੁਸਤਫਾ ਪੜ੍ਹਦਾ ਹੀ ਨਹੀਂ ਸੀਗਾ, ਅਸੀਂ ਹੱਥ ਬੰਨ ਕੇ ਆਉਂਦੇ ਹਾਂ, ਗਰੀਬ ਮੁਹੰਮਦ ਸਾਡੇ ਤੋਂ ਪੜ੍ਹਿਆ ਨਹੀਂ ਜਾਂਦਾ, ਗਰੀਬ ਮੁਹੰਮਦ ਸਾਡੇ ਤੋਂ ਪੜ੍ਹਿਆ ਨਹੀਂ ਜਾਂਦਾ। ਸਲਾਮ ਉਸ ਪਰ ਕਿ ਜਿਸ ਕੇ ਘਰ ਨਾ ਉੜਨਾ ਥਾ ਨਾ ਬਿਛਾਉਣਾ ਥਾ, ਸਲਾਮ ਉਸ ਪਰ ਕਿ ਜਿਸ ਕਾ ਇੱਕ ਹੀ ਕਮਰਾ ਥਾ, ਉਸ ਕਾ ਬੰਗਾਲਾ ਅੰਦਰ ਹੀ ਕੋ ਬਹਿਤਾ ਥਾ, ਉਹ ਇਹ ਜਿਹਾ ਕੰਗਾਲ ਨਬੀ ਤੇਰੇ ਘਰ ਆ ਕੇ ਸੌਂ ਜਾਂਦਾ ਸੀ। ਅੱਛਾ, ਗਰੀਬ ਬੰਦਾ ਹੋਵੇ, ਬੁਖਾਰੀ ਸ਼ਰੀਫ 'ਚ ਲਿਖਿਆ ਕਿ ਉਦੋਂ ਆਇਆ ਤਾਂ ਬੁਖਾਰੀ ਸਬਕਨ ਪੜ੍ਹੀ ਹੈ, ਬੁਖਾਰੀ 'ਚ ਲਿਖਿਆ ਮੁਹੰਮਦ ਨੂੰ ਇੰਨਾ ਇਲਮ ਨਹੀਂ ਸੀ ਵੀ ਮਹੀਨਾ ਕਿੰਨਾ ਦਿਨਾਂ ਦਾ ਹੁੰਦਾ, ਠੀਕ ਹੈ। ਇਹਦੇ ਜਿਕਰ ਮੁਸਲਮਾਨ ਲਿਖਦਾ ਅਨਪੜ੍ਹ ਸੀ, ਉਹ ਵੀ ਸੀ, ਉਹ ਬਾਈ ਅਨਪੜ੍ਹ ਸੀ, ਜਿਹੜੇ ਕਾਗਜ਼ ਕਲਮ ਮੰਗਦਾ ਸੀ ਦੇ ਦਿੰਦੇ, ਠੀਕ ਹੈ। ਜ਼ਬਾਨੀ ਆਖਿਆ ਅਨਪੜ੍ਹ, ਦਿਲ 'ਚ ਖਤਰਾ ਹੈ, ਦੇ ਦਿੱਤਾ ਤਾਂ ਲਿਖ ਦੇਗਾ। ਜਿੱਥੇ ਜ਼ਬਾਨ ਦੇ ਦਿਲ 'ਚ ਇਖਤਲਾਫ ਹੋਵੇ ਉਹੀ ਮੁਨਾਫਕਤ ਹੈ। ਲਿਹਾਜ਼ਾ ਨਬੀ ਅਨਪੜ੍ਹ, ਮਾਂ ਬਾਪ ਦੁਨੀਆ ਤੋਂ ਸਫ਼ਰ ਕਰ ਗਏ, ਪਾਲਿਆ ਕਿੰਨੇ, ਦਾਦਾ ਨੇ ਥੋੜ੍ਹੇ ਦਿਨਾਂ ਬਾਅਦ ਉਹ ਹੀ ਸਫ਼ਰ ਕਰ ਗਿਆ, ਪੈਸਾ ਟਕਾ ਹੈ ਨਹੀਂ, ਜਦਾਦ ਹੈ ਨਹੀਂ, ਅਨਪੜ੍ਹ ਹੈ, ਯਤੀਮ ਹੈ। ਕਸਮ ਕੁਰਸੀ ਦੇ ਆਲਮ 'ਚ ਨਬੀ ਨੂੰ ਪੇਸ਼ ਕਰਤਾ ਕਾਇਨਾਤ ਦੇ ਸਾਹਮਣੇ, ਮੈਨੂੰ ਦੱਸੋ ਐਡੇ ਗਰੀਬ ਬੰਦੇ ਨੂੰ ਕੋਈ ਰਿਸ਼ਤਾ ਦਿੰਦਾ ਹੈ? ਅਨਪੜ੍ਹ ਹੋਵੇ, ਗਰੀਬ ਹੋਵੇ, ਮਾਂ ਬਾਪ ਨਾ ਹੋਣ, ਯਤੀਮ ਹੋਵੇ, ਮਕਾਨ ਆਉਂਦਾ ਨਾ ਹੋਵੇ, ਓੜਨਾ ਵਿਛਾਉਣਾ ਨਾ ਹੋਵੇ, ਕੋਈ ਦਿੰਦਾ ਰਿਸ਼ਤਾ? ਤੇ ਅਰਬ ਦੇ ਸਰਦਾਰ 13 ਰਿਸ਼ਤੇ ਇੱਕ ਦੂਜੇ ਦੇ ਉੱਤੇ ਦੇ ਦਿੱਤੇ, ਕੋਈ ਗੱਲ ਤਾਂ ਹੈਗੀ ਸੀ ਮੁਸਤਫਾ 'ਚ? ਉਹ ਦੀ ਤਾਂ ਸੌਕਣ ਪਾਣੀ ਬੜੀ ਔਖੀ ਹੁੰਦੀ ਹੈ, ਬੰਦੇ ਐਵੇਂ ਨਹੀਂ ਪੰਜ ਪੰਜ ਕੇ ਰਿਸ਼ਤੇ ਦਿੰਦੇ ਰਹੇ, ਮੁਸਤਫਾ 'ਚ ਕੋਈ ਕਮਾਲ ਸੀ, ਠੀਕ ਹੈ। ਮੇਰਾ ਨਬੀ, ਮੈਂ ਦੱਸਾਂ ਮੇਰਾ ਨਬੀ ਕੌਣ ਹੈ, ਇੱਕੋ ਗੱਲ ਕਰਨੀ ਚਾਹੁੰਦਾ, ਜਦੋਂ ਜਨਾਬੇ ਸਈਦਾਂ ਆਮਨਾ ਸਲਾਮੁਲਾ ਅਲੈਹਾ ਫਰਮਾਉਂਦੀਆਂ ਨੇ, ਸਰਕਾਰ ਮੁਸਤਫਾ ਦਾ ਨੂਰ ਮੇਰੇ ਕੋਲ ਆਇਆ, ਮੈਨੂੰ ਮਿਲਿਆ, ਮੈਂ ਮਦੀਨਾ ਮੱਕੇ ਦੇ ਵਿੱਚ ਬਹਿ ਕੇ ਬਸਰੇ ਦੀਆਂ ਗਲੀਆਂ 'ਚ ਬੰਨੇ ਹੋਏ ਲੋਕਾਂ ਦੇ ਉੱਠ ਵੇਖੇ, ਅਜ਼ਮਤ ਮੁਸਤਫਾ ਦਾ ਵੇਖ, ਉਹ ਨਬੀ ਸਾਡੇ ਤੋਂ ਕਿਵੇਂ ਬਣੀ ਦੇ ਵੀ ਹਲੀਮਾ ਦੀਆਂ ਬੱਕਰੀਆਂ ਦਾ ਵਾੜਾ ਸਾਫ਼ ਕਰਾਈ ਜਾਵੇ? ਮੇਰਾ ਮੁਸਤਫਾ ਦਾ ਮਕਾਮ ਕੁਰਾਨ ਦੀ ਆਇਤਾਂ ਪੜ੍ਹ, ਜਿਹਨੂੰ ਅੱਲਾਹ ਆਖੇ ਵਰਫਾ ਨਾ ਅੱਲਾਹ ਕਾ ਜ਼ਿਕਰ, ਤੇਰਾ ਜ਼ਿਕਰ ਮੈਂ ਉੱਥੇ ਰੱਖਿਆ ਜਿੱਥੇ ਕੋਈ ਬੁਲੰਦੀ ਪਹੁੰਚ ਨਹੀਂ ਸਕਦੀ। ਤੇ ਕਮਾਲ ਨਹੀਂ, ਗਲੀਜ਼ ਮੁੱਲਾ ਉਹ ਖਲੋ ਕੇ ਆਖੇ ਯਾ ਅੱਲਾਹ ਹੁਣ ਮੇਰੀ ਦੁਆ ਨਾਲ ਉਹਨੂੰ ਬੁਲੰਦ ਮਰਤਬਾ ਤੇ ਰੁਤਬਾ ਅਤਾ ਕਰ, ਉਹਨੂੰ ਮਕਾਮੇ ਮਹਿਮੂਦ ਤੇ ਪਹੁੰਚਾ। ਉਹ ਜਹਿਲ ਹੋ ਤਾਂ ਜੋ 1700 ਸਾਲ ਪਹਿਲੇ ਮਕਾਮੇ ਮਹਿਮੂਦ ਕਾਬਾ ਕੋ ਸਾਇਨਾ ਵਦਨਾ ਦੀ ਮੰਜ਼ਿਲ ਤੇ ਪਹੁੰਚਿਆ, ਕੁਰਾਨ ਗਵਾਹੀ ਦਿੱਤੀ, ਤੂੰ ਹਲੇ ਨਹੀਂ ਮੰਨਿਆ, ਤੈਨੂੰ ਪਤਾ ਨਹੀਂ ਮੇਰਾ ਨਬੀ ਕੌਣ ਹੈ? ਦੱਸਾਂ ਕੌਣ ਹੈ? ਜਿਸ ਦਾ ਦਾਦਾ ਸਰਕਾਰ ਅਬਦੁਲ ਮੁਤਲਬ ਅਲੈਹ ਸਲਾਤੋ ਸਲਾਮ, ਇਸ ਘਰ ਦਾ ਹਰ ਫਰਦ ਜਿਹੜਾ ਉਹ ਅਲੈਹ ਸਲਾਮ ਹੈ, ਕਿਉਂਕਿ ਮੈਂ ਉਧਰੋਂ ਆਇਆ, ਰਹਿੰਦਾ ਮਹਾਜਰ, ਦੋ ਗੱਲਾਂ ਨੇ ਤੇ ਜਿਹੜਾ ਉਧਰੋਂ ਆਵੇ, ਅੱਛਾ ਤੁਹਾਡਾ ਕਮਾਲ ਹੈ, ਇਹ ਆਲਮ ਮੁਹੰਮਦ ਦੀ ਅਤਾ ਹੈ, ਪਾਕਿਸਤਾਨ ਦੇ ਵਿੱਚ ਬਾਉਂਡਰੀ ਤੇ ਜਿਹੜੇ ਲੜਨ ਵਾਲੇ ਸਿਪਾਹੀ ਨੇ ਸਾਰੇ ਮਹਾਜਰ ਸਨ, ਠੀਕ ਹੈ, ਉਧਰੋਂ ਆਇਆ ਮਹਾਜਰ। ਤੇ ਜਿਸ ਵਕਤ ਬਾਉਂਡਰੀ ਤੇ ਗੱਲ ਹੁੰਦੀ ਹੈ ਨਾ, ਕੌਣ ਸੀ ਅਬਦੁਲ ਮੁਤਲਬ ਅਲੈਹ ਸਲਾਤੋ ਸਲਾਮ ਕਿਉਂ ਆਖਿਆ? ਮੈਂ ਕਾਫੀ ਚਿਹਰਿਆਂ ਤੇ ਪਰੇਸ਼ਾਨੀ ਵੇਖੀ,
ਮੈਂ ਜਦੋਂ ਸ਼ੀਆ ਹੋਇਆ ਤੇ ਇਹਨਾਂ ਦੀ ਅਜ਼ਮਤ ਨੂੰ ਮੰਨ ਕੇ, ਇਹਨਾਂ ਦੀ ਵਲਾਇਤ ਨੂੰ ਮੰਨ ਕੇ, ਇਹਨਾਂ ਦੀ ਅਜ਼ਾਦਾਰੀ ਨੂੰ ਤੇ ਬੀਬੀ ਦਾ ਹੱਕ ਮੰਨ ਕੇ ਇੱਧਰ ਆਇਆ। ਜੇ ਤੁਸੀਂ ਉਹ ਛੱਡੀ ਬੈਠੇ ਹੋ ਤਾਂ ਫਿਰ ਮੈਂ ਉਧਰ ਚੱਕਾ ਨਹੀਂ। ਯਕੀਨ ਕਰੋ ਮੇਰੇ ਮੀਆਂ ਚੰਨੂ ਚ ਇੱਕ ਲੱਕੀ ਟੇਲਰ ਵਾਲਾ, ਮੈਂ ਉਹਨੂੰ ਜਾਣਦਾ ਨਹੀਂ ਸਾਂ। ਮੈਂ ਇੱਕ ਦੋਸਤ ਸੈਯਦ ਦੇ ਨਾਲ ਉੱਥੇ ਗਿਆ, ਸੈਯਦ ਸ਼ੀਆ ਸੀ, ਉਹਨੂੰ ਜਾਣਦਾ ਸੀ ਵੀ ਇਹ ਸੁਣੀ ਹੈ। ਦੋਸਤ ਸਨ, ਉਹਨਾਂ ਨੇ ਟੇਲਰ ਸੀ, ਕੱਪੜੇ ਲੈਣੇ ਸਨ, ਮੈਂ ਹੀ ਨਾਲ ਚੱਲਿਆ ਗਿਆ। ਉਹ ਦੋਸਤ ਸੀ ਨਾ, ਉਹਨੇ ਸਾਨੂੰ ਦੋ ਕੱਪ ਚਾਹ ਦੇ ਪੇਸ਼ ਕੀਤੇ, ਦੋ ਮਿੰਟ ਬੈਠ ਗਿਆ। ਉਹ ਹੱਸਿਆ ਤੇ ਉਹਨੇ ਨਾ ਪੈਨਸਲ ਮੂੰਹ 'ਚ ਲਈ ਹੋਈ ਸੀ ਉਹ ਟੇਲਰ ਨੇ, ਕਹਿੰਦਾ ਸ਼ਾਹ ਜੀ ਹੁਣ ਤੁਸੀਂ ਵੀ ਸਾਡੇ ਨਾਲ ਦੇ ਹੀ ਹੋ ਗਏ ਹੋ। ਮੈਂ ਕੰਨ ਚੱਕੇ ਵੀ ਅਸੀਂ ਕਿਵੇਂ ਉਹਨਾਂ ਦੇ ਨਾਲ ਦੇ ਹੋ ਗਏ, ਤੇ ਸ਼ਾਹ ਸਾਹਿਬ ਨੂੰ ਕਹਿ ਰਿਹਾ। ਉਹਨਾਂ ਕਿਹਾ ਤੁਸੀਂ ਇਸ ਪਰ ਹੋ ਗਏ, ਅਸੀਂ ਸੁਣਨੀ ਆ ਬਰੇਲਵੀ, ਤੇ ਜਿਹੜੇ ਸਾਡੇ ਐਨ ਹਦੀਸ ਦੇ ਦਿਓਬੰਦੀ ਭਾਈ ਨੇ ਉਹ ਵੀ ਸੁਣਨੀ ਨੇ, ਮਗਰ ਅਸੀਂ ਸੁਣਨੀ ਉਹਨਾਂ ਨੂੰ ਵਾਬੀ ਇਸ ਵੇਲੇ ਤੋਂ ਕਹਿੰਦੇ ਉਹ ਯਾਰ ਰਸੂਲ ਅੱਲਾ ਨਹੀਂ ਕਹਿੰਦੇ। ਗੱਲ ਸੁਣ ਜਾ ਗਈ। ਉਹਨਾਂ ਕਿਹਾ ਅਸੀਂ ਅਸਲ ਸੁਣਨੀ ਹੈ, ਤੇ ਜਿਹੜੇ ਯਾ ਮੁਹੰਮਦ ਨਹੀਂ ਕਹਿੰਦੇ ਅਸੀਂ ਉਹਨੂੰ, ਉਹ ਵੀ ਹੈ ਨਾ ਸੁਣਨੀ, ਅਸੀਂ ਉਹਨੂੰ ਵਾਬੀ ਸੁਣਨੀ ਕਹਿੰਦੇ ਹਾਂ। ਤੇ ਸ਼ੀਓ ਹੁਣ ਬੱਚੇ ਤੁਸੀਂ ਵੀ ਨਹੀਂ, ਜਿਹੜਾ ਤੁਹਾਡੇ ਚਾਲੀ ਯੂਨੂ ਅਲੀ ਉੱਲਾ ਦੀ ਗਵਾਹੀ ਦਿੰਦੇ ਨੇ ਉਹ ਅਸਲ ਸ਼ੀਆ ਨੇ, ਜਿਹੜੇ ਨਹੀਂ ਦਿੰਦੇ ਉਹ ਵਾਬੀ ਸ਼ੀਆ ਨੇ। ਮੈਂ ਕਿਹਾ ਅਲਮ ਦੇ ਹੱਥੇ ਮੁਹੰਮਦ ਦੀ ਸ਼ਫਾਤ ਨਾ ਕਰੇ, ਮੈਨੂੰ ਮੌਲਾ ਦੀ ਕਸਮ ਤੈਨੂੰ ਐਵੀ ਲੱਭਿਆ ਮੁਸ਼ਕਲ ਹੈ ਤਾਂ ਸੋਚਣ ਲੱਗ ਪਿਆ, ਮੁਫਤ ਮਿਲ ਗਿਆ। ਤੇ ਜਿਹਨੇ ਤਿੰਨ ਬੰਦੀ ਐਨਕ ਲਾ ਕੇ ਉਹਨੂੰ ਪਤਾ ਐਲੀ ਕੌਣ ਹੈ, ਐਲੀ ਤੋਂ ਬਗੈਰ ਉਹਦੀ ਅਲਮਾ ਦੀ ਨਜਾਤ ਨਹੀਂ ਹੁੰਦੀ, ਅੱਬਾ ਦੀ ਨਜਾਤ ਵੀ ਤੇਰੀ ਕਿਵੇਂ ਹੋ ਜਾਏਗੀ। ਅੱਛਾ ਇੱਕ ਮੁਸ਼ਤਰਕਾ ਗੱਲ ਕਰਾਂ, ਤੁਹਾਡਾ ਤੇ ਮੇਰੇ ਪਿਓ ਹੈ ਆਦਮ ਹੈ, ਸੁੰਨੀਆਂ ਤੋਂ ਲੈ ਕੇ ਵਹਾਬੀਆਂ ਦਿਓਬੰਦੀਆਂ ਸ਼ੀਆਂ ਤੀਕਰ ਕੁੱਲ ਤਫਸੀਰਾਂ ਨੇ ਲਿਖਿਆ ਹੈ 40 ਦਿਨ ਅੱਲਾ ਨੇ ਚੰਦ ਕਲਮਾਤ ਆਖੇ ਸਨ, ਉਹਨਾਂ ਦਾ ਵਾਸਤਾ ਦਿੰਦਾ ਰਿਹਾ, 40ਵੇਂ ਦਿਨ ਤੁਹਾਡੇ ਪਿਓ ਦੀ ਤੌਬਾ ਕਬੂਲ ਹੋਈ ਹੈ। ਉਹਨਾਂ 'ਚ ਤੇਰੇ ਮੌਲਾ ਅਲੀ ਦਾ ਨਾਂ ਹੈ, ਉਹ ਪੰਜ ਨਾਂ ਦੇ ਵਿੱਚ ਇੱਕ ਨਾਂ ਅਲੀ ਹੈ। ਜੇ ਆਦਮ ਦਾ ਪੁੱਤਰ ਹੈ ਤੇ ਪਿਓ ਦੀ ਤੌਬਾ ਅਲੀ ਤੋਂ ਬਗੈਰ ਹੁੰਦੀ ਨਹੀਂ, ਤੇਰੀ ਨਮਾਜ਼ ਕਿਵੇਂ ਹੋ ਜਾਵੇਗੀ। ਉਧਾਰ ਕਰਨ ਵਾਲਾ ਬੰਦਾ ਨਹੀਂ ਤੇ ਖਾਨਾ ਉਹਨਾਂ ਦਾ ਜਿਨ੍ਹਾਂ ਦਾ ਖਾਨਾ ਉਹਨਾਂ ਦਾ ਗਾਨ ਆ। ਇੱਕ ਬਲੋਚ ਸੀ ਮੇਰਾ ਦੋਸਤ ਤੇ ਮੇਰੇ ਨਾਲ ਇੱਕ ਸੈਯਦ ਸੀ, ਅਸੀਂ ਉਹਦੇ ਘਰ ਗਏ ਨਾ ਤੇ ਉਹ ਕੁੱਤੇ ਨੂੰ ਉਠਾ ਕੇ ਲਿੱਤਰ ਮਾਰਦਾ ਪਿਆ ਸੀ। 71, 72, 73 ਤੇ ਅਸੀਂ ਵੀ ਉਸ ਟਾਈਮ ਪਹੁੰਚੇ ਤੇ ਉਹ ਮੁਰਸ਼ਦ ਨੂੰ ਵੇਖ ਕੇ ਉਹਨਾਂ ਨੇ ਕਿਹਾ ਬਾਬਾ ਜੀ ਇੱਕ ਮਿੰਟ ਖਲੋ ਜਾਓ, ਹੱਥ ਪਾਕ ਕਰ ਲੈਣੇ ਤੇ 100 ਜੁੱਤੀ ਪੂਰੀ ਕਰ ਲੈਣ ਦਿਓ। 100 ਲਿੱਤਰ ਮਾਰ ਕੇ ਬਲੋਚ ਉੱਠਿਆ, ਉਹਨੇ ਪਹਿਲਾਂ ਮਿੱਟੀ ਨਾਲ ਹੱਥ ਪਾ ਕੀਤੇ, ਫਿਰ ਪਾਣੀ ਨਾਲ ਗੋਡਿਆਂ ਤੇ ਹੱਥ ਲਾਇਆ। ਮੁਰਸ਼ਦ ਆਓ ਬਹੁ ਨਾ ਪੀਰ ਨੇ ਆਖਿਆ ਮੈਂ ਬਹਿੰਦਾ ਨਹੀਂ, ਮੈਨੂੰ ਇਹ ਦੱਸ ਬੇਜ਼ਬਾਨ ਨੂੰ ਕਿਉਂ ਮਾਰੀ ਜਾਂਦਾ। ਬਲੋਚ ਕਹਿੰਦਾ ਬਾਬਾ ਜੀ ਇਹ ਛੋਟਾ ਜਿਹਾ ਸੀ, ਇਹਨੇ ਅੱਖਾਂ, ਉਹਨਾਂ ਦੀ ਜ਼ਬਾਨ ਦਾ ਲਫ਼ਜ਼ ਹੈ, ਲਫ਼ਜ਼ ਅੱਖਾਂ ਸਾਡੇ ਮਣੇ ਆਣ ਖੋਲੀਆਂ ਨੇ, ਇਹ ਛੋਟਾ ਜਿਹਾ ਸੀ, ਇਹਨੂੰ ਮੈਂ ਟੁੱਕਰ ਪਾਇਆ ਹੈ, ਦੁੱਧ ਪਾਇਆ ਹੈ, ਗੋਸ਼ਤ ਪਾਇਆ ਹੈ, ਹੁਣ ਜਿਹੜਾ ਜਵਾਨ ਹੋ ਗਿਆ ਸੀ ਕੌਮ ਦੇ ਬਲੋਚ, ਜਿਹੜੇ ਇਸ਼ਾ ਦਾ ਟਾਈਮ ਹੁੰਦਾ ਖਾਂਦਾ ਸਾਡਾ ਤੇ ਇਸ਼ਾ ਤੋਂ ਬਾਅਦ ਸਿਆਲਾਂ ਦੀ ਬਹਿਣੀ ਤੇ ਫੌਂਕਦਾ ਹੈ, ਖਾਨਾ ਅਲੀ ਦਾ ਸਦਕਾ ਹੈ। ਸਾਡੇ ਨਾਲ ਗੱਲ ਪਤਾ ਕੀ ਹੈ, ਉਹ ਜੀ ਉਹ ਫਲਾਣੇ ਨਾਲ ਨਾ ਕੰਪਰੋਮਾਈਜ਼ ਕਰੋ, ਕਿਸੇ ਦੇ ਮੁਕੱਦੇ ਸਾਹਿਬ ਨੂੰ ਕੁਛ ਨਾ ਆਖੋ,
ਮੈਨੂੰ ਅੱਲਾਹ ਦੀ ਕਸਮ, ਜਿਹੜਾ ਮੁਹੰਮਦ ਦੀ ਧੀ ਦਾ ਦੁਸ਼ਮਣ ਹੈ ਮੁਕੱਦਸ ਹੈ ਕਿ ਨਹੀਂ? ਠੀਕ ਹੈ, ਉਹਨਾਂ ਦਾ ਕੰਪਰੋਮਾਈਜ਼ ਕਿਵੇਂ ਹੋ ਸਕਦਾ ਹੈ? ਇਹੀ ਤਾਂ ਤੇਰੀ ਕਮੀ ਹੈ ਕਿ ਸਾਨੂੰ ਅਸੀਂ ਆਜ਼ਾਦਾਰੀ ਦੇ ਜਲੂਸ ਵਾਸਤੇ ਪਰਮਿਟ ਨਹੀਂ ਲੈਣਾ ਪੈਂਦਾ, ਇਜਾਜ਼ਤਨਾਮਾ ਲੈਂਦਾ, ਐਨਓਸੀ ਲੈਣੀ ਪੈਂਦੀ ਹੈ ਮਜਲਿਸ ਵਾਸੀ। ਲਿਹਾਜ਼ਾ ਅਗਰ ਅਸੀਂ ਮੁਕੱਦਸ ਹਾਂ ਕੀ ਹੁੰਦੇ ਨੇ, ਉਹ ਜਿਹੜਾ ਬਤੂਨ ਦਾ ਦੁਸ਼ਮਣ ਹੈ ਮੁਕੱਦਸ ਕਿਵੇਂ? ਮਰਦਾ ਮਰ ਜਾਈ, ਮੇਰੀ ਗੱਲ ਯਾਦ ਰੱਖੀ, ਮੈਨੂੰ ਭੁੱਲ ਜਾਈ, ਮੇਰੀ ਤਕਰੀਰ ਭੁੱਲ ਜਾਈ, ਮੈਨੂੰ ਭੁੱਲ ਜਾਈ, ਮੇਰੀ ਗੱਲ ਨਾ ਕਦੇ ਸੱਟੀ, ਆਪਣੇ ਦਿਲ ਤੇ ਲਿਖੀ, ਨਸਲਾਂ ਨੂੰ ਦੇ ਕੇ ਜਾਈ, ਸਭ ਕੁਝ ਕਰ ਲਈ, ਸਭ ਕੁਝ ਕਰ ਲਈ, ਕੋਈ ਐਸਾ ਵਕਤ ਆਵੇ ਧੀਆਂ ਵੇਚ ਦੇ ਮੁਹੰਮਦ ਦੀ ਧੀ ਦਾ ਦੁਸ਼ਮਣ ਸਮਝੌਤਾ ਨਾ ਕਰੇ। ਅਗਰ ਤੂੰ ਇਹ ਕਰ ਲਿਆ ਨਾ, ਤੇਰੇ ਪੱਲੇ ਕੁਛ ਨਹੀਂ, ਨਮਾਜ਼ਾਂ ਤੇਰੀ ਸ਼ਫਾਤ ਨਹੀਂ ਕਰਨੀ, ਜਿਹੜੀ ਸ਼ਾਫੇ ਮਹਿਸ਼ਰ ਹੈ ਉਹਦੀ ਅਜ਼ਮਤ ਨੂੰ ਵੇਖ। ਠੀਕ ਹੈ, ਰਸੂਲ ਆਉਂਦਾ, ਅਗਰ ਅਲੀ ਨਾ ਆਉਂਦਾ ਤਾਂ ਕੂਫੀ ਨਾ ਆਉਂਦਾ, ਫਿਰ ਉਹ ਅਲੀ ਨੂੰ ਛੱਡ ਕੇ ਮੁੱਲਾ ਦੇ ਆਖੇ, ਉਹ ਮਲਵਾਣੇ ਕਬਰ ਚ ਨਹੀਂ ਜਾਣਾ, ਅਲੀ ਆਉਣਾ ਹੀ, ਅਲੀ ਆਉਣਾ ਕਬਰ ਚ। ਤੇ ਲਿਹਾਜ਼ਾ ਜਿਹਦੇ ਨਾਲ ਸਾਹਮਣਾ ਕਰਨਾ ਹੋਵੇ ਨਾ, ਉਹਦੇ ਬਾਰੇ ਚੰਗੇ ਲਫ਼ਜ਼ ਆਖੀ ਨੇ। ਮੈਂ ਬੈਠਾ ਜੁਮਲਾ ਮੈਂ ਰਿਪੀਟ ਕਰਦਾ ਪਿਆ, ਅੱਗੇ ਇੱਕ ਮਜਲਿਸ ਪੜ੍ਹ ਕੇ ਮੇਰਾ ਦਿਲ ਕਰਦਾ ਪਿਆ, ਕੁਛ ਚਿਹਰੇ ਐਸੇ ਵੇਖਦਾ ਪਿਆ ਪੈਗਾਮ ਪਹੁੰਚ ਜਾਵੇ। ਮੈਂ ਬੈਠਾ ਮੌਤ ਆ ਜਾਵੇ, ਬੈਠਾ ਬਾ ਵਜ਼ੂ ਆ, ਸਜਦਾ ਕਰਕੇ ਆਇਆ, ਏਦੋ ਸੋਹਣੀ ਜਗ੍ਹਾ ਕੋਈ ਨਹੀਂ, ਏਦੋ ਸੋਹਣਾ ਜ਼ਿਕਰ ਕੋਈ ਨਹੀਂ, ਮੁਕੱਦਸ ਤਹਾਰਤ ਨਾਲ ਬੈਠਾ। ਅਗਰ ਮੌਤ ਹੋ ਜਾਵੇ ਅਚਾਨਕ, ਜਿਹੜਾ ਬੰਦਾ ਮੈਨੂੰ ਟੱਚ ਕਰੇਗਾ ਉਹਨੇ ਤੇ ਗੁਸਲ ਮਸਲ ਮੈਯਤ ਵਾਜਬ ਹੋ ਜਾਏਗਾ। ਫਿਕਾ ਇਮਾਮੀਆਂ ਦਾ ਮੁਤਫਿਕਾ ਲਾ ਮਸਲਾ ਹੈ, ਉਹ ਮੁਕੱਸਰ ਹੋ ਰਹੀ ਆ ਗੱਲ ਨਹੀਂ, ਸਾਰੇ ਮੰਨਦੇ ਨੇ ਮੈਯਤ ਨੂੰ ਟੱਚ ਕਰਨ ਵਾਲੇ ਤੇ ਗੁਸਲ ਮਸਲ ਮੈਯਤ ਵਾਜਬ ਹੋ ਜਾਏਗਾ। ਇਹਨੇ ਗੱਲ ਹੈ ਤਈ ਨਿਸ਼ਾਨਾ, ਇਹਨੇ ਗੱਲ ਹੈ, ਸਾਰੇ ਬੋਲੋ, ਗੁਸਲ ਮਸਲ ਮੈਯਤ ਵਾਜਬ ਹੋ ਜਾਏਗਾ, ਮੇਰੇ ਹੱਥ ਨਾਲ ਨੇ, ਪੈਰ ਨਾਲ ਨੇ, ਪੂਰੀ ਬਾਡੀ ਨਾਲ ਨੇ, ਸਿਰਫ ਇੱਕ ਚੀਜ਼ ਨਿਕਲੀ, ਰੂਹ, ਰੂਹ ਨਿਕਲ ਨਾਲ ਮੈਂ ਇਤਨਾ ਮੁਰਦਾਰ ਹੋ ਗਿਆ, ਜਿਹੜਾ ਮੈਨੂੰ ਹੱਥ ਲਾਵੇ ਗੁਸਲ ਮਸਲ ਮੈਯਤ ਵਾਜਬ ਨਿਕਲੀ ਰੂਹ ਹੈ। ਤੇ ਰੂਹ ਕੀ ਹੈ? ਕੁਰਾਨ ਆਖਦਾ ਰੂਹ, ਅੱਲਾਹ ਆਖਦਾ ਮੇਰਾ ਅਮਰ ਹੈ। ਉਹ ਅਗਰ ਇੱਕ ਅਮਰ ਨਿਕਲੇ ਬੰਦਾ ਮੁਰਦਾਰ ਹੁੰਦਾ ਹੈ, ਤੇ ਜਿੰਦੀ ਆਬਾਦਤ ਚ ਉਲ ਅਮਰ ਨਿਕਲ ਜਾਵੇ, ਉਹ ਮੁਰਦਾਰ ਆਬਾਦਤ ਲੈ ਕੇ ਅੱਲਾਹ ਕਰਨਾ ਹੀ ਕੀ ਹੈ? ਅਲੀ ਨੂੰ ਪਹਿਚਾਣ, ਸਲੇਮਾਨ ਮੁਹੰਮਦੀ ਪੌਣੇ 600 ਸਾਲ ਉਮਰ, ਬਜ਼ੁਰਗ ਸਹਾਬੀ, 10 ਇਮਾਮ ਦੇ ਦਰਜਾ ਤੇ ਫੈਜ਼। ਉਹ ਕਹਿੰਦਾ ਮੈਨੂੰ ਪਤਾ ਨਹੀਂ ਲੱਗਿਆ ਅਲੀ ਕੌਣ ਹੈ, ਮੈਨੂੰ ਪਤਾ ਨਹੀਂ ਅਲੀ ਕੌਣ ਹੈ। ਇਹਦੀ ਮਾਂ ਦੀ ਗੱਲ ਇੱਕ ਸੁਣਾਵਾ, ਬੀਬੀ ਆਂਦੀ ਮੇਰੀ 7 ਸਾਲਾਂ ਦੀ ਉਮਰ ਸੀ, ਬਿੰਤੇ ਅਸਦ, ਮੇਰਾ ਇੱਕ ਪੇਕਾ ਹਾਰ ਚਸ਼ਮੇ ਤੇ ਗਿਰ ਗਿਆ, ਬੜੀ ਤਲਾਸ਼ ਕੀਤੀ ਨਾ ਲੱਭਿਆ, ਮੁਕਸਰ ਕਰਦਾ ਪਿਆ ਨਾ ਲੱਭਿਆ। ਤੇ ਜਿਸ ਵਕਤ ਕਾਫੀ ਮੁੱਦਤ ਗੁਜ਼ਰ ਗਈ ਤੇ ਅਲੀ ਹੋਇਆ 17 ਸਾਲਾਂ ਦਾ, ਤੇ ਮੈਂ ਬੈਠੀ ਸਾਂ ਤੇ ਮੈਂ ਕਿਹਾ ਸੁਲੇਮਾਨ ਨੂੰ ਹੈਰਾਨ ਕਰ ਦਿੱਤਾ ਈ, ਮੌਲਾ ਆਪਣੀ ਜੇਬ ਚੋਂ ਹਾਰ ਕੱਢ ਕੇ ਮੈਨੂੰ ਦਿੱਤਾ, ਮੈਂ ਖੁਦ ਹੈਰਾਨ ਹੋ ਗਈ, ਆਖਿਆ ਅੰਮਾ ਇਹਨੂੰ ਸਿਆਣੀ ਹੈ। ਅੱਛਾ ਇੱਥੇ ਮਾਂ ਬੱਚ ਸੀ ਪਰੇਸ਼ਾਨ ਹੈਰਾਨ, ਸੁਲੇਮਾਨ ਮੁਹੰਮਦੀ ਹੈਰਾਨ ਸੀ, ਮੁਸਤਫਾ ਆਏ, ਆਖਿਆ ਸੁਲੇਮਾਨ ਉੱਠ ਗਏ, ਯਾਰ ਸੁਲਾ ਮੈਂ ਤੁਹਾਡਾ ਫਿਦੀਆ ਬਣਾ। ਅਲੀ ਨੇ ਆਪਦੀ ਅੰਮਾ ਨੂੰ ਹੀ ਹੈਰਾਨ ਕਰਤਾ, ਮੈਨੂੰ ਹੀ, ਉਹਨੇ ਕਿਹਾ ਤੁਸੀਂ ਕੀ ਹੋ, ਇਹ ਮੈਨੂੰ ਮੁਸਤਫਾ ਨੂੰ ਹੈਰਾਨ ਕਰ ਦਿੰਦਾ। ਸ਼ਬੇ ਮਿਰਾਜ ਮੈਂ ਉੱਥੇ ਗਿਆ, ਆਉਣ ਤੋਂ ਪਹਿਲੇ ਸਾਰੇ ਹਾਲਾਤ ਇਹਨੇ ਦੱਸੇ ਨੇ,
ਇਹ ਵੱਖਰੀ ਗੱਲ ਹੈ ਕਿ ਬੰਦੇ ਕਿਸੇ ਹੋਰ ਨੂੰ ਬਣਾਈ ਫਿਰਦੇ ਨੇ। ਸਦੀਕੇ ਅਕਬਰ ਮੇਰੇ ਮਾਲ ਅਲੀ ਦਾ ਲਕਬ ਹੈ, ਕਿਉਂਕਿ ਮੈਂ ਤੁਰੀ ਅਬੂ ਸਾਲਬ ਕਸ਼ਫੀ ਹੰਫੀ ਸੁਣੀ, ਉਹਨੇ ਲਿਖਿਆ ਸਦੀਕੇ ਅਕਬਰ ਅਲੀ ਹੈ, ਫਰੂਕੇ ਆਜ਼ਮ ਅਲੀ ਹੈ, ਅਮੀਰ ਅਲ ਮੋਮਿਨੀਨ ਅਲੀ ਹੈ, ਰਸੂਲ ਅੱਖੇ ਅਲੀ ਤੋਂ ਬਾਅਦ ਜਿਹੜਾ ਆਪਣੇ ਨਾਮ ਨੇ ਇਹ ਲਫ਼ਜ਼ ਲਾਵੇ ਉਹ ਕਾਜ਼ਬ ਹੈ। ਤੂੰ ਅਲੀ ਨੂੰ ਸਮਝਿਆ ਹੀ ਨਹੀਂ। ਤੈਨੂੰ ਇੱਕ ਮੁੱਲਾ ਨੇ ਆਸਤਾ ਦੋ ਰਕਾਤੀਏ ਨੇ ਇੱਕ ਸ਼ੇਰ ਸੇ ਜਾਣਾ ਕਰਦੇ ਨਜ਼ਰ, ਮਾਤਮ ਕੇ ਮੁਖਾਲਫ ਤੋਂ ਨਮਾਜ਼ੀ ਨਾ ਸਮਝਣਾ, ਮਾਤਮ ਕੇ ਮੁਖਾਲਫ ਤੋਂ ਨਮਾਜ਼ੀ ਨਾ ਸਮਝਣਾ। ਅਬਾਸ ਕਾ ਮੁਜਰਮ ਹੈ, ਮੁਸੱਲੇ ਪੇ ਖੜਾ ਹੈ, ਲਿਹਾਜ਼ਾ ਵੇਖ ਤੇਰਾ ਯਾਰ ਮਾਮਾ ਨੇ ਜਿਹਦੀ ਸ਼ਹਾਦਤ ਹੈ। ਫਿਰ ਜੁਮਲਾ 236 ਹਦੀਸ ਨਾ ਹੋਵੇ, ਕਿਤਾਬ ਇਤਜਾਜ ਤਿਬਰਸੀ ਨਾ ਹੋਵੇ, ਮੇਰਾ ਕਤਲ ਮਾਫ। ਬਹੁਤ ਵੱਡੀ ਗੱਲ ਕਰਨ ਲੱਗਿਆ ਤੇ ਦਿਲਾਂ ਤੇ ਲਿਖ ਕੇ ਜਾਈ, ਦਿਲਾਂ ਤੇ ਲਿਖ ਕੇ ਜਾਈ, ਮੇਰੇ ਕੋਲੇ ਪੈਸੇ ਹਨ, ਜ਼ਿਮੀਦਾਰ ਆ, ਆਪ ਅਖਬਾਰ ਲੈ ਸਕਦਾ, ਦੋ ਚਾਦਰਾਂ ਹੀ ਹਨ, ਜਿੰਨਾ ਕੈਬ ਵੀ ਲੱਭ ਜਾਏਗੀ ਮਾਰਕੀਟ ਚੋਂ ਲੈ ਸਕਦਾ। ਮੇਰੇ ਚੌਥੇ ਪਾਤਸ਼ਾਹ ਦਾ ਫਰਮਾਨ ਪੜਿਆ ਸਾਡੀ ਮਜਲ ਚੋਂ ਗਰੀਬ ਬਣ ਕੇ ਆਓ, ਠੀਕ ਹੈ, ਸ਼ਰੀਫਾਂ ਦੀ ਕਹਾਣੀ ਹੈ, ਬੰਦੇ ਦਾ ਪੁੱਤਰ ਬਣ ਕੇ ਇੱਥੇ ਆ ਕੇ ਪੜੇ। ਮੇਰੇ ਭਰਾ ਨੇ ਚੰਦ ਦਿਨ ਪਹਿਲੇ ਮਜਲਿਸ ਹੋਈ ਹੈ ਤੇ ਯਕੀਨ ਕਰ ਇੱਕ ਜ਼ਾਕਰ ਆਇਆ, ਸਿਰਫ ਉਹਨੇ ਵਾਲ ਰੱਖੇ ਸਨ ਤੇ ਵੱਡੀਆਂ ਕਲਮਾਂ ਸਨ ਤੇ ਰੰਗ ਚਿੱਟਾ ਸੀ। ਮੈਂ ਖੁਦਾ ਦੀ ਕਸਮ ਪਾਕ ਮਿੰਬਰ ਤੇ ਬੈਠਾ, ਔਰਤਾਂ ਹੀ ਸੈਲਫੀਆਂ ਲੈਂਦੀਆਂ ਖੜੀਆਂ ਸਨ, ਮੈਂ ਸ਼ਰਮ ਨਾਲ ਮਰ ਗਿਆ। ਰਾਤ ਆ ਕੇ ਉਹਨੂੰ ਸਪੈਸ਼ਲ ਫੋਨ ਕੀਤਾ, ਅੱਜ ਵੀ ਉਹਨੇ ਮੈਨੂੰ ਕਿਹਾ ਇੱਕ ਵਾਇਸ ਕਰ, ਮੈਂ ਸਾਰੀਆਂ ਔਰਤਾਂ ਨੂੰ ਸਮਝਾਵਾਂ। ਮੈਂ ਕਰਕੇ ਆਇਆ ਬੈਠਾ, ਇਸ ਮਿੰਬਰ ਤੇ ਉਹ ਆਵੇ ਜਿਹੜਾ ਇਸ ਦੇ ਅਦਬ ਤਾਂ ਜਾਣਦਾ ਹੋਵੇ। ਤੂੰ ਵੇਖੀ ਜਾਣਾ, ਮੈਨੂੰ ਗੱਲਾਂ ਕਰਨ ਦੀ ਲੋੜ ਨਹੀਂ, ਮੀਡੀਆ ਦਾ ਤੇਰਾ ਸੋਸ਼ਲ ਮੀਡੀਆ ਕੀ ਕਰਦਾ ਪਿਆ, ਇਹਦੇ ਕੁਛ ਇਤਰਾਮ ਹੈ, ਕੋਈ ਤਕੱਦਸ ਇਸ ਦਾ, ਠੀਕ ਹੈ। ਇਹਦੇ ਮੇਰਾ ਆਪਣਾ ਕੀਤਾ ਹੈ, ਮੇਰੇ ਨਾਲ ਤੁਹਾਡਾ ਮੁਤਫਿਕ ਹੋਣਾ ਜ਼ਰੂਰੀ ਨਹੀਂ, ਮੇਰਾ ਕੀਤਾ ਹੈ। ਇਹਦੇ ਗੁਲਾਬ 'ਚ ਹੱਥ ਪਾ ਕੇ, ਠੀਕ ਹੈ, ਦੁਆਮ ਕਰਾਂ, ਇਵੇਂ ਮੈਂ ਸਮਝਣਾ ਜਿਵੇਂ ਕਾਬੇ ਦੇ ਬੈਤੁੱਲਾ ਦੇ ਗੁਲਾਬ 'ਚ ਹੱਥ ਪਾਈ ਬੈਠਾ, ਅਤੇ ਇਹਦਾ ਤਕੱਦਸ ਵੀ ਤਾਂ ਹੈ। ਆਉਂਦੇ ਨਹੀਂ ਕਬਰੇ ਹੁਸੈਨ ਮਿੰਬਰੇ ਮੁਸਤਫਾ ਹੈ, ਫਿਰ ਰਸੂਲ ਦੀ ਹਦੀਸ ਹੈ, ਪੜ੍ਹ ਕੇ ਉਧਰੋਂ ਆਇਆ, ਰਸੂਲ ਦੀ ਹਦੀਸ ਹੈ, ਨਬੀ ਆਖਿਆ ਮੈਂ ਵੇਖਿਆ ਮੇਰੇ ਮਿੰਬਰ ਤੇ ਬੰਦਰ ਕੂਦਦੇ ਪਏ ਨੇ, ਤੇ ਤੂੰ ਕਰਨੀ ਹੈ, ਤੂੰ ਫੈਸਲੇ ਕਰਨੇ ਨੇ, ਤੈਨੂੰ ਅਖਤਿਆਰ ਹੈ, ਤੂੰ ਉਹ ਬੰਦਾ ਹੈ। ਬੈਂਕ ਹੈ, ਬੈਂਕ ਅਲੀ ਹੁਸੈਨ ਦਾ ਬੈਂਕ ਹੈ, ਤੂੰ ਤੂੰ ਤਨਖਾਹ ਦੇਣਾ ਇੱਥੋਂ ਪੜ੍ਹਨ ਵਾਲਿਆਂ ਨੂੰ। ਇੱਕ ਦੋ ਗੱਲਾਂ ਕਰਨੀਆਂ ਚਾਹੁੰਦਾ, ਪੁਰਾਣਾ ਮਦਾ ਸੀ ਮੌਲਾ ਦਰਜਾਤ ਬੁਲੰਦ ਕਰੇ, ਉਹਨੂੰ ਪੁੱਛਿਆ ਸੀ ਤੇ ਕੰਨਾਂ ਨਾਲ ਸੁਣਿਆ ਹੀ ਉਹਦੇ ਕੋਲ, ਉਸਦੇ ਉਹਨੇ ਮਿੰਬਰ 'ਤੇ ਐਲਾਨ ਕੀਤਾ ਸੀ, ਉਹਨੇ ਆਖਿਆ 76 ਸਾਲਾਂ ਪੁਰਾਣਾ ਮਦਾ ਜ਼ਾਰਾ ਦਲਾਲ ਦਾ ਮਕਬੂਲ ਡੱਕੂ ਜੰਗ ਵਾਲਾ। ਉਹਨੇ ਦੋ ਗੱਲਾਂ ਉੱਚਾ ਹੱਥ ਕਰਕੇ ਕੀਤੀਆਂ ਸਨ ਕੌਮੇ ਸ਼ੀਆ ਨੂੰ, ਉਹਨੇ ਕਿਹਾ ਮੇਰੇ ਹਾਣੀ ਕੋਈ ਨਹੀਂ, ਉਹਨੇ ਕਿਹਾ ਜਿਤਨੇ ਜ਼ਾਕਰ ਨੇ ਭਾਵੇਂ ਰੰਬੀ ਲੀਡਾ ਹੋਵੇ ਤਾਂ ਟੂਣੀ ਲਈ ਫਿਰਦਾ ਜੀ, ਇਹ ਹੁਸੈਨ ਦੇ ਪੁੱਤਰ ਅਲੀ ਅਕਬਰ ਦੀ ਜੁੱਤੀ ਦਾ ਸਦਕਾ। ਉਹਨੇ ਉੱਚਾ ਹੱਥ ਕਰਕੇ ਗੱਲ ਕੀਤੀ ਸੀ, ਕਿਸੇ ਜ਼ਾਕਰ ਦੇ ਪਿਓ ਦੀ ਆਪਦੀ ਘੋੜੀ ਕੋਈ ਨਹੀਂ ਸੀ ਜਿਹਦੇ ਚੜ ਜਾਵੇ ਤੇ ਲਈ ਟੂੜੀਆਂ ਫਿਰਦਾ। ਦੂਜੀ ਗੱਲ ਕੀਤੀ, ਉਹਨੇ ਕਿਹਾ ਕੋਈ ਹੋਵੇ, ਭਾਵੇਂ ਪੀਰ ਅਬਦੁਲ ਕਾਦਰ ਜਲਾਨੀ ਹੋਵੇ, ਭਾਵੇਂ ਜਾਬਰ ਬਿਨ ਹਯਾਨ ਹੋਵੇ, ਭਾਵੇਂ ਕੋਈ ਬੜਾ ਹੋਵੇ ਹਜ਼ਰਤ ਅਬੂ ਹਨੀਫਾ ਹੋਣ, ਕੋਈ ਬੰਦਾ ਦੁਨੀਆਂ 'ਚ ਮੁਅਤਬਰ ਨਹੀਂ ਬਣਿਆ ਜਿੰਨਾ ਚਿਰ ਸਾਢੇ 6ਵੇਂ ਦਾ ਸ਼ਗਿਰਦ ਨਹੀਂ। ਤੇਰਾ ਮਜ਼ਹਬ ਏਡਾ ਸੱਚਾ ਹੈ, ਤੇਰੇ ਹਾਦੀ ਇੰਨੇ ਮੁਅਤਬਰ ਨੇ ਤੇ ਇਤਨੇ ਸੱਚੇ ਨੇ, ਉਹ ਜਿਹਨਾਂ ਨੂੰ ਅੱਲਾ ਸਾਦਕ ਆਖੇ
ਗੱਲ ਕਰਾਂ, ਮੋਬਾਈਲ ਚ ਪੰਜ ਗਏ ਨੇ ਫਰੇ ਮਦੀਨਾ ਚ, ਮੁਹੰਮਦ ਨੂੰ ਫਰੇ ਮਦੀਨਾ ਚ ਪੰਜ ਸੱਚੇ ਲੰਬੇ ਨੇ ਤੇ ਪੰਜੇ ਅਲੀ ਨੇ ਘਰੋਂ ਲੰਬੇ ਨੇ। ਜਿਹੜੇ ਆਇਆ ਚਾਹੀਏ ਨਾ ਆਪਣਾ ਉਹਨਾਂ ਬਾਬ ਨਾ ਕਰੋ, ਮੈਨੂੰ ਖੁਦਾ ਦੀ ਕਸਮ ਅਲੀ ਦੇ ਉਹਦੇ ਪੁੱਤਰ ਨਾ ਹੁੰਦੇ, ਕੁਰਾਨ ਦੀ ਤਫਸੀਰ ਹੀ ਨਾ ਲੱਭਦੀ। ਕੁਰਾਨ ਸਿਰਫ ਦਾਵਾ ਹੀ, ਸਿਰਫ ਦਾਵਾ, ਨਮਾਜ਼ ਪੜ੍ਹ ਦਾਵਾ ਹੈ, ਦੱਸੀ ਨਹੀਂ, ਰੋਜ਼ਾ ਰੱਖ ਦੱਸਿਆ ਨਹੀਂ, ਦਾਵਾ ਹੈ, ਜਹਾਦ ਕਰ ਦਾਵਾ ਹੈ, ਕੁਰਾਨ ਕੋਲੇ ਸਿਰਫ ਦਾਵਾ ਹੈ, ਦਲੀਲ ਮੁਹੰਮਦ ਤੇ ਆਲੇ ਮੁਹੰਮਦ ਹੈ। ਆਖਿਆ ਅਬਨਾ ਨਾ ਅਬਨਾ ਕਰੋ ਤੇ ਆ ਕੇ ਰਸੂਲ ਪਤਾ ਕੀ ਆਖਿਆ, ਯਾ ਅਲੀ, ਅਲੀ ਦੇ ਬੂਹੇ ਤੇ ਆ ਕੇ ਮੁਹੰਮਦ ਆਖਦਾ ਪਿਆ, ਯਾ ਅਲੀ ਮੇਰੇ ਪੁੱਤਰ ਚਾਰੇ ਦੁਨੀਆਂ ਤੋਂ ਇੰਤਕਾਲ ਕਰਕੇ ਆਪਦੇ ਪੁੱਤਰ ਦੇ, ਉਹ ਪੁੱਤਰ ਮੰਗਣਾ ਅਲੀ ਦੇ ਬੂਹੇ ਤੋਂ, ਮੁਸਤਫਾ ਦੀ ਸੁਨਤ ਹੈ, ਤੂੰ ਇਹਨੇ ਅਲੀ ਤੋਂ ਮੰਗਾ ਹੀ ਨਾ, ਜਿਹੜਾ ਮੁਹੰਮਦ ਮੰਗਿਆ ਤੇ ਗੁਲਾਮ ਮੁਹੰਮਦ ਕਿਉਂ ਨਾ ਮੰਗੇ। ਲਿਹਾਜ਼ਾ ਮੇਰੇ ਨਬੀ ਨੇ ਪੰਜ ਚਾਰ ਸੱਚੇ ਮਿਲੇ ਫਰੇ ਮਦੀਨੇ ਚੋਂ, ਕੋਈ ਸੱਚਾ ਜਾਂ ਸੱਚੀ ਹੁੰਦੀ ਰਸੂਲ ਲੈ ਨਾ ਜਾਂਦਾ, ਜਿਹੜਾ ਲੈ ਗਿਆ ਨਾ ਤੇ ਕਿੰਨੇ ਮੁਕਾਬਲੇ ਚ ਗਏ। ਸਾਦਕ ਕਹਿੰਦੇ ਨੇ ਸੱਚੇ ਨੂੰ, ਸਾਦਕ ਅਰਬੀ ਚ ਸਾਦਕ ਦੀ ਜ਼ਿੱਦ ਹੈ ਕਾਜ਼ਬ, ਕਾਜ਼ਬ ਕਹਿੰਦੇ ਨੇ ਝੂਠੇ ਨੂੰ, ਸਾਦਕ ਜਿਹੜਾ ਹੁੰਦਾ ਝੂਠੇ ਤੇ ਲਾਨਤ ਕਰਦਾ ਹੈ, ਸੱਚਾ ਝੂਠੇ ਤੇ ਲਾਨਤ ਕਰਦਾ ਹੈ, ਠੀਕ ਹੈ, ਫਿਰ ਗੱਲ ਕਰਦਾ ਪਿਆ, ਸੱਚਾ ਝੂਠੇ ਤੇ ਲਾਨਤ ਕਰਦਾ, ਸਾਦਕ ਕਾਜ਼ਬ ਤੇ ਲਾਨਤ ਕਰਦਾ ਹੈ। ਤੇ ਸਮਝ ਲਓ ਆਪਣੇ ਦਿਲਾਂ ਦੀ ਇੱਕ ਕੁਲੀਆ ਦੇ ਕੇ ਜਾ ਰਿਹਾ, ਇਹਨੂੰ ਲਿਖ ਲਈ, ਇਹਨੂੰ ਲਿਖ ਲਈ, ਜਿਹੜਾ ਵੀ ਜਿਸ ਦੌਰ ਚ ਵੀ ਮੇਰੇ ਮੁਸਤਫਾ ਦੇ ਮੁਕਾਬਲੇ ਚ ਆਵੇ ਉਹ ਕਾਜ਼ਬ, ਮੁਸਤਫਾ ਸਾਦਕ ਕੋਈ ਹੋਵੇ, ਨਾਂ ਲੈ ਨਹੀਂ ਸਕਦਾ ਮਜਬੂਰੀਆਂ ਨੇ। ਮੈਂ ਤਾਂ ਉੱਥੇ ਬੈਠਾ ਸੋਚਦਾ ਪਸਾ, ਜਿਹੜਾ ਵਕਾਰ ਸ਼ਾਹ ਜੀ ਨੇ ਆਖਿਆ ਨਾ ਤੂੰ ਤਾਂ ਲੰਬ ਕੱਢ ਦੇਣੀ ਹੈ, ਤੇ ਮੈਂ ਉੱਥੇ ਸੋਚਦਾ ਸੀ ਲੰਬ ਕੱਢਾਂ ਜੇ ਨਾ ਹੋਣ, ਠੀਕ ਹੈ, ਮੈਂ ਤਾਂ ਗੱਲ ਬੜੀ ਬਚਾ ਕੇ ਕਰਨਾ, ਜੋ ਮੁਸਤਫਾ ਦੇ ਮੁਕਾਬਲੇ ਚ ਆਵੇ ਉਹ ਕਾਜ਼ਬ, ਮੁਹੰਮਦ ਸਾਦਕ, ਅਲੀ ਦੇ ਮੁਕਾਬਲੇ ਚ ਬੰਦਾ ਆਵੇ ਯਾਰ ਤੇ ਜਦੋਂ ਆਵੇ ਕਾਜ਼ਬ, ਉਹ ਸਾਦਕ ਫੈਸਲੇ ਕੁਰਾਨ ਦੀ ਆਇਤ ਤੇ ਕਰ, ਜੋ ਅਲੀ ਦੇ ਮੁਕਾਬਲੇ ਚ ਆਵੇ ਜਿੱਥੇ ਆਵੇ ਅਲੀ ਸਾਦਕ, ਉਹ ਕਾਜ਼ਬ, ਹਸਨ ਮੁਸਤਫਾ ਦੇ ਮੁਕਾਬਲੇ ਜੋ ਆਵੇ ਜਿੱਥੇ ਆਵੇ ਹਸਨ ਸਾਦਕ, ਉਹ ਕਾਜ਼ਬ, ਹੁਸੈਨ ਦੇ ਮੁਕਾਬਲੇ ਚ ਜੋ ਆਵੇ ਜਿੱਥੇ ਆਵੇ ਹੁਸੈਨ ਸਾਦਕ, ਉਹ ਕਾਜ਼ਬ, ਬੀਬੀ ਬਤੂਲ ਦੇ ਮੁਕਾਬਲੇ ਜੋ ਆਵੇ ਜਿੱਥੇ ਆਵੇ ਬਤੂਲ ਸਾਦਕਾ, ਉਹ ਕਾਜ਼ਬ। ਫੈਸਲੇ ਇੱਥੇ ਕਰ, ਮੁਕੱਦਸਾਤ, ਮੁਕੱਦਸਾਤ, ਕਮਾਲ ਨਹੀਂ, ਹੁਣ ਕਮਾਲ ਏ, ਉਹ ਗੈਰ ਤਾਂ ਗੈਰ ਸਨ, ਸਾਡੇ ਆਪਣੇ ਬਤੂਲ ਦੇ ਦੁਸ਼ਮਣਾਂ ਦਾ ਦਫਾ ਕਰਨ ਨੂੰ ਲੱਗੇ ਹੋਏ। ਮੁਹੰਮਦ ਦੀ ਦੀਦ ਦਾ ਚੋਰ ਲੁਕ ਸਕਦੇ ਨੇ? ਨਹੀਂ ਲੁਕ ਸਕਦੇ, ਅੱਲਾ ਦਾ ਫੈਸਲਾ ਹੈ, ਹੱਕ ਜ਼ਾਹਰ ਹੁੰਦਾ ਜਿੰਨਾ ਦਬਾਓ, ਤੇ ਕਿਵੇਂ ਲੁਕ ਸਕਦੇ ਨੇ? ਸਾਨੂੰ ਕਿਸੇ ਹੋਰ ਪਾਸੇ ਲਾਤਾ ਹੈ, ਮੇਰੀ ਗੱਲ ਸੁਣ, ਯਾਦ ਰੱਖੀ, ਮੁੱਲਾ ਕਬਰ ਚ ਨਹੀਂ ਹੋਣਾ ਭਾਵੇਂ ਮੈਂ ਹੋਵਾਂ ਤੇ ਭਾਵੇਂ ਕੋਈ ਹੋਰ ਹੋਵੇ, 12 ਤੇਰੇ ਹਾਦੀ ਨੇ ਤੇ ਉਹਨਾਂ ਦਾ ਸਰਦਾਰ ਹੈ ਮੁਹੰਮਦ, ਉਹਨਾਂ ਕਬਰ ਚ ਆਣੀ ਤੇ ਨੂੰ ਉਹਨਾਂ ਨੂੰ ਵਿਖਾਣੀ। ਇਹ ਮੇਰਾ ਆਲਮ ਚ ਹੱਥ ਹੈ, ਜੋ ਕੁਛ ਮੈਂ ਪੜ੍ਹੇ ਤਾਂ ਦੱਸ ਨਹੀਂ ਸਕਦਾ, ਮਗਰ ਇੱਕ ਇਸ਼ਾਰਾ ਤਨ ਕੁਛ ਜ਼ੀਰਕ ਚਿਹਰੇ ਨੇ ਉਹਨਾਂ ਦੀ ਵਜ੍ਹਾ ਨਾਲ ਗੱਲ ਕਰਦਾ ਪਿਆ। ਮੈਂ ਤਾਂ ਕੋਈ ਕਸਮਾਂ ਦਾ ਆਦੀ ਹੈ, ਯਕੀਨ ਇੰਨਾ ਪੜ੍ਹਿਆ ਇੰਨਾ ਤਾਂ ਚੱਕਦਾ ਪਿਆ, ਠੀਕ ਹੈ, ਹੱਕੁਲ ਯਕੀਨ ਹੈ, ਇਸ ਮੰਜ਼ਲ ਤੇ ਬੌਲਾ ਨੇ ਪੁਚਾ ਤਾ, ਇਹ ਆਲਮ ਚੱਕ ਕੇ ਕਸਮ ਕੀ ਚੱਕੀ ਹੈ, ਲੋਕ ਅਲੀ ਦੀ ਵਿਲਾਇਤ ਨਮਾਜ਼ ਚ ਪੜ੍ਹੀਏ ਜਾਂ ਨਾ, ਮੇਰੇ ਬਾਅਦ ਮੈਂ ਮੁਹੰਮਦ ਨੂੰ ਆਉਣ ਦੀ ਆਵਾਜ਼ ਦੀ ਗਵਾਹੀ ਤੈਨੂੰ ਦੇਣੀ ਪੈਣੀ। ਪਤਾ ਨਹੀਂ ਕਿੱਥੇ ਬੈਠਾ ਹੋਇਆ, ਜਿਹੜਾ
ਰਵਾਇਤ ਕਰਾਉਂਦੇ ਨੇ ਅਬਾਸ ਮਾਸੂਮ ਹੀ ਨਹੀਂ, ਉਹ ਤੇਰੇ ਨਾਲ ਤਾਂ ਬਰੇਲ ਵੀ ਸੁਣੀ, ਇਹ ਮਿਰਜ਼ਾ ਬਰੇਲ ਵੀ ਚੰਗਾ ਹੈ। ਉਹ ਆਂਦਾ ਤੇਰੀ ਆਲੇ ਪਾਕ ਕਾ ਹੈ ਬੱਚਾ ਬੱਚਾ ਨੂਰ ਕਾ, ਤੂੰ ਸਰਾਪਾ ਨੂਰ ਹੈ, ਤੇਰਾ ਸਭ ਘਰਾਨਾ ਨੂਰ ਕਾ। ਉਹ ਸੁਣੀ ਮੰਨੀ ਬੈਠਾ, ਸ਼ਰਮ ਕਰ ਸਾਡੇ ਮਗਰੋਂ ਲੈ ਸੁਣੀ ਹੋ ਜਾ। ਜਿਹੜੇ ਅਲੀ ਨੂੰ ਅਜੇ ਸ਼ੀਆ ਦੀ ਲੋੜ ਨਹੀਂ ਤੇ ਸਾਨੂੰ ਵੀ ਨਹੀਂ। ਅੱਛਾ ਗੱਲ ਸੁਣੋ, ਆਖੋਗੇ ਸਖਤ ਅਪੜੀ ਜਾਣਾ, ਟੁੱਕਰ ਨਜ਼ਰ ਚੋਂ ਆਉਂਦੇ ਨੇ ਫਿਰ ਡਰ ਕੇ ਦੇ। ਮੇਰੇ ਭਰਾ ਨੇ ਮੈਨੂੰ ਫੀਸ ਨਾ ਦੇਣ ਤਾਂ ਹੀ ਤੁਰ ਜਾਂਗੇ, ਇਹਨੂੰ ਪਤਾ ਅੱਗੇ ਹੀ ਤੁਰ ਜਾਂਦਾ, ਅੱਗੇ ਘਰ ਜਾ ਕੇ ਦੇ ਕੇ ਆਉਂਦੇ ਨੇ। ਫੀਸ ਵਾਲੇ ਮੁੱਲਾ ਹੋਰ ਹੁੰਦੇ ਨੇ, ਇੱਕ ਸ਼ੇਰ ਪੜ੍ਹਦੇ ਆ, ਜਿਹਨਾਂ ਦਾ ਦਿਲ ਦੁਖੇ ਹੱਕ ਹੈ ਹੱਕ ਪੜ੍ਹਦਾ ਪਿਆ, ਹੇ ਹੱਕ ਲਾਈ ਚਲਦੀ ਪਈ ਨਾ ਤਾਂ ਨਹੀਂ ਤਾਂ ਨਾ ਪੜ੍ਹਦਾ, ਪੜ੍ਹਦਾ ਪਿਆ। ਫੀਸ ਕੀ ਮੋਹਤਾਜ ਹੈ ਮਿੰਬਰ ਤੇ ਤੇਰੀ ਗੁਫ਼ਤਗੂ, ਲੁਕਮੇ ਡਬੋ ਡਬੋ ਕੇ ਖਾਤਾ ਹੈ ਖੂਨੇ ਹੁਸੈਨ ਨੇ। ਫਿਰ ਉਹਦਾ ਦੁਆ ਨਹੀਂ ਕਬੂਲ ਹੋਈ, ਜਿਹੜਾ ਤੇਰਾ ਮਕਾਮ ਹੈ ਤੈਨੂੰ ਕਿਸੇ ਦੱਸਿਆ ਹੀ ਨਹੀਂ। ਮਸਾਇਬ ਨਹੀਂ ਪੜ੍ਹਦਾ ਰੋਵੋਗੇ ਨਾ, ਮਸਾਇਬ ਨਹੀਂ ਪੜ੍ਹਨਾ ਚਾਹੁੰਦਾ। ਹੁਸੈਨ ਦੀ ਧੀ ਹੈ ਨਾ ਜਿਹੜੀ, ਜਿਹੜਾ ਸੀਨੇ ਦਾ ਸਕੂਨ, ਉਹ ਪਤਾ ਤੇਰੇ ਬਾਰੇ ਕੀ ਆਦੀ ਹੈ, ਦਾਦੀ ਅਗਰ ਇਹ ਉੱਥੇ ਹੁੰਦੇ ਮੇਰਾ ਭਰਾ ਇਵੇਂ ਸੀ ਬਣਾ ਹੁੰਦਾ, ਇਤਨਾ ਇਤਮਾਦ ਹੈ ਤੇਰੇ ਤੇ। ਆਹਦਾ ਮਕਾਮ ਵੇਖ, ਮੌਲੀ ਦੇ ਅੱਖ ਨਾ ਲੱਗ, ਕਬਰ ਕੱਲੀ ਹੋਈ ਤੇ ਮੁਹੰਮਦ ਉਹਦੀ ਆਲ ਆਣੀ, ਮੁਹੰਮਦ ਆਲ ਹੈ ਮੁਹੰਮਦ ਦਾ ਇੱਕ ਲਕਬ ਹੈ। ਅਹਿਲ ਸੁਨਤ ਉਪਰਦਨ ਸਲਾਹ ਚੀ ਅਸਲਾ ਤੋਂ ਅਸਲਾਮ ਯਾ ਸ਼ਫੀ ਅਲ ਮੁਜ਼ਨਬੀਨ ਉਹ ਪੜ੍ਹਦੇ ਨੇ, ਤੁਸੀਂ ਵੀ ਪੜ੍ਹਨੇ ਹੋ, ਮਗਰ ਉਹ ਇੱਕ ਮੁਹੰਮਦ ਦੇ ਰੁਕਦੇ ਨੇ। ਤੇਰੇ 14 ਹਾਦੀਆਂ ਦਾ ਜੋ ਲਕਬ ਹੈ ਸ਼ਫੀ ਅਲ ਮੁਜ਼ਨਬੀਨ, ਜ਼ਨੂਬ ਮੁਜ਼ਨਬ ਕਹਿੰਦੇ ਨੇ ਗੁਨਾਹਗਾਰ ਨੂੰ, ਤੇ ਜਿਹੜਾ ਗੁਨਾਹਗਾਰਾਂ ਨੂੰ ਬਖਸ਼ਾ ਲਵੇ। ਤੇ ਮੈਂ ਪੜ੍ਹਿਆ ਡਿਕਸ਼ਨਰੀ ਦੇ ਵਿੱਚ ਕਿ ਮੁਜ਼ਲਬ ਉਸ ਗੁਨਾਹਗਾਰ ਨੂੰ ਕਹਿੰਦੇ ਨੇ ਜਿਹਨੇ ਗੁਨਾਹ ਨਾਲ ਜ਼ਮੀਨ ਅਸਮਾਨ ਦਾ ਖਿਲਾਫ ਫੇਰਿਆ ਹੋਵੇ, ਉਹ ਜਿਹੜਾ ਉਹਦੀ ਸ਼ਫਾਤ ਕਰ ਲਵੇ। ਫਿਰ ਤੂੰ ਫਿਰ ਪਰੇਸ਼ਾਨ ਹੈ, ਬੰਦਾ ਉੱਠਿਆ ਕਹਿੰਦਾ ਜਬਨੇ ਰਸੂਲ ਮੇਰੇ ਸਾਦਕ ਆਲੇ ਮੁਹੰਮਦ ਨੂੰ, ਇਹ ਬੰਦਾ ਤੁਹਾਡਾ ਸ਼ੀਆ ਹੈ, ਬਹੁਤ ਗੁਨਾਹਗਾਰ ਹੈ। ਮੌਲਾ ਕਿਹਾ ਜੰਤੀ ਹੈ, ਉਹ ਬੰਦਾ ਫਿਰ ਉੱਠਿਆ, ਮੌਲਾ ਬੜਾ ਗੁਨਾਹਗਾਰ ਹੈ। ਮੌਲਾ ਕਿਹਾ ਆਖਿਆ ਨਾ ਜੰਤੀ ਹੈ, ਉਹ ਤੀਜੀ ਵਾਰੀ ਮਨਹੂਰ ਸ਼ਕਲ ਲੈ ਕੇ ਉੱਠਿਆ, ਮੌਲਾ ਇਹਦੇ ਗੁਨਾਹ ਜ਼ਮੀਨ ਅਸਮਾਨ ਦਾ ਖਿਲਾਫ ਭੋਰੇ। ਮੌਲਾ ਨੇ ਫਰਮਾਇਆ ਬੰਦਾ ਖੁਦਾ ਸ਼ਰਮ ਕਰਦੇ ਬੈਠ ਜਾ, ਜਿੱਥੇ ਤੂੰ ਇਹਨੂੰ ਗੱਲਣਾ ਹੈ, ਅਗਰ ਇਹ ਉੱਥੇ ਹੀ ਜਾਂਦਾ ਹੈ ਫਿਰ ਸਾਨੂੰ 14 ਮੈਨੂੰ ਮੰਨਣ ਦਾ ਫਾਇਦਾ ਕੀ ਹੈ। ਮੌਲਵੀ ਤੇ ਆਪਣੇ ਗੁਨਾਹ ਨਹੀਂ ਬਖਸ਼ੀ ਨਾ, ਤੇਰੇ ਕਿਵੇਂ ਬਖਸ਼ਾਵੇਗਾ। ਲਿਹਾਜ਼ਾ ਮੁੱਲਾ ਤੋਂ ਨਿਕਲ, ਉਹਨਾਂ ਦੀ ਵਿਲਾਇਤ ਮੰਨ ਜਿਨ੍ਹਾਂ ਦੀ ਅੱਲਾ ਕੁਰਾਨ ਚ ਆਖੀਏ ਇਨਮਾ ਵਲੀਯੁਕੁਮ ਅੱਲਾਹੁ ਵਰਸੂਲੁਹੁ ਵੱਲਜ਼ੀਨਾ ਆਮਨੁ ਅੱਲਜ਼ੀਨਾ ਯੁਕੀਮੁਨ ਅਸਲਾਤਾ ਯਤੂਨ ਅਜ਼ਕਾਤਾ ਵਹੁਮ ਰਾਕਿਉਨ। ਜੇ ਉੱਥੇ ਕੋਈ ਹੈ ਸਾਨੂੰ ਅੰਦਰੇ ਕੁਰਾਨ ਚੋਂ ਵਿਲਾਇਤ ਵਿਖਾ, ਉੱਥੇ ਕੋਈ ਹੈ ਤਾਂ ਵਿਖਾ ਸਾਨੂੰ। ਜਿਹਦੀ ਤੂੰ ਵਿਲਾਇਤ ਮੰਨੀ ਬੈਠਾ ਹੈ ਤਾਂ ਵਿਖਾ ਹੱਥ ਚ, ਤੇ ਫਿਰ ਝਗੜੇ ਅੱਲਾ ਮੁਕਾਏ ਨੇ, ਮੈਂ ਤਾਂ ਨਹੀਂ ਮੁਕਾਏ। ਸਾਨੂੰ ਅੰਦਰ ਨਹੀਂ ਜੇ ਨਹੀਂ ਕਰਦੇ, ਦਰੂਦ ਪੜੋ ਮੁਹੰਮਦ ਵਾਲੇ ਮੁਹੰਮਦ। ਫਿਰ ਵੀ ਦਰੂਦ ਪਰ ਮੁਹੰਮਦ ਵਾਲੇ ਮੁਹੰਮਦ ਸਜੀ ਕੁਰਸੀ ਤੇ ਆ ਜਾਓ, ਦਰੂਦ ਪਰ ਮੁਹੰਮਦ ਵਾਲੇ ਮੁਹੰਮਦ। ਐਤ ਕਾਕਤੀ ਤਿੰਨ ਵਲੀ ਨੇ ਐਤ ਚ, ਜੇ ਜਿਹਦੀ ਤੂੰ ਆਖਦਾ ਪਿਆ ਵੀ ਉਹਦੀ ਵੀ ਵਲੈਤ ਮੰਨੋ, ਉਹਦੀ ਵੀ ਮੰਨੋ। ਮੈਂ ਤਾਂ ਆਖਿਆ ਬੰਦਾ ਕੱਲਾ,
ਸੁਣਾ ਰਹੇ ਨੇ ਨਾ, ਇਹ ਬਾਹਰੋਂ ਬੰਦਾ ਨਾ ਹੀ ਆਵੇ, ਇਹ ਚਾਚੇ ਮਾਮੇ ਤਾਏ ਦੇ ਸਾਰੇ ਰਲ ਕੇ ਤਾਂ ਮਜਮਾ ਹੋ ਜਾਊਗਾ, ਮਜਲਸ ਕਰਾ ਲੈਣਗੇ। ਮੈਂ ਤਾਂ ਉਧਰੋਂ ਆਇਆ ਹੈਗਾ ਹੀ ਇਕੱਲਾ, ਤੇ ਮੇਰੇ ਤਾਂ ਬਾਹਰਲੇ ਦੁਸ਼ਮਣ ਬੜੇ ਨੇ, ਤੇ ਨਾ ਇਸ ਵਜ੍ਹਾ ਤੋਂ ਨਹੀਂ ਲੈਂਦਾ ਪਿਆ। ਅੱਲਾ ਦੇ ਰਸੂਲ ਨੇ ਤੇ ਅੱਲਾ ਨੇ ਐਲਾਨ ਕਰਤਾ, ਰਸੂਲ ਨੇ ਆਖ ਦਿੱਤਾ ਕਿ ਤਿੰਨ ਵਲੀ ਨੇ, ਔਰ ਜਿੰਦੀ ਤੂੰ ਵਲਾਇਤ ਮਨਾਉਣਾ ਉਹਦੀ ਕੁਰਾਨ 'ਚ ਹੈ? ਸਾਨੂੰ ਪੁੱਛਣਾ ਅਲੀ ਦੀ ਵਲਾਇਤ ਦੱਸੋ ਕੁਰਾਨ 'ਚ ਹੈ ਜਾਂ ਨਹੀਂ? ਅੱਛਾ, ਪੂਰੇ ਕੁਰਾਨ 'ਚ ਮੈਂ ਮਜ਼ਹਬ ਛੱਡ ਦੇਸਾਂ, ਕੋਈ ਬੰਦਾ ਵਿਖਾਵੇ ਆਖੇ ਕਿ ਅੱਲਾ ਨੇ ਆਖਿਆ ਵੇ ਰੋਜ਼ੇ ਦੀ ਤਬਲੀਗ ਕਰੋ, ਪੂਰੇ ਕੁਰਾਨ 'ਚ ਮਜ਼ਹਬ ਛੱਡ ਦੇਸਾਂ, ਅੱਲਾ ਨੇ ਆਖਿਆ ਨਮਾਜ਼ ਦੀ ਤਬਲੀਗ ਕਰੋ, ਕਿਧਰੇ ਆਖਿਆ ਵੇ ਹੱਜ ਦੀ ਕਰੋ, ਜ਼ਕਾਤ ਦੀ ਕਰੋ, ਜਹਾਦ ਦੀ ਕਰੋ, ਅਮਰ ਬਿਲ ਮਾਰੂਫ ਨਹੀ ਅਲ ਮੁਨਕਰ ਤਵੱਲਾ ਤਵਰਾ, ਕਿਸੇ ਸ਼ਾਇਦ 'ਚ ਆਖਿਆ ਹੋਵੇ? ਸਿਰਫ ਐਤੇ ਬੱਲਗ ਚੱਲਾ ਦੋ ਵਾਰੀ ਆਖਿਆ ਮੁਹੰਮਦ ਅਲੀ ਦੀ ਵਲਾਇਤ ਦੀ ਤਬਲੀਗ ਕਰ। ਅੱਛਾ ਤੇ ਰਸੂਲ ਕੀ ਆਖਿਆ? ਕਮਾਲ ਕਰਤੀ ਮੇਰੇ ਅੱਲਾ ਨੇ, ਯਾ ਅਯੂਹ ਰਸੂਲ ਬੱਲਗ ਮਾ ਅਨਜ਼ਲ ਅਲੈਕ ਵ ਇਨ ਲਮ ਤਫਲ ਫਮਾ ਬੱਲਗਤਾ ਰਸਾਲਤਹੁ ਵ ਯਸਮੁਕਾ ਮਿਨ ਅਨਾਸ ਇਨ ਅੱਲਾ ਲਾ ਯਹਦਿਲ ਕੌਮ ਅਲ ਕਾਫਰੀਨ। ਗੌਰ ਨਾਲ ਸੁਣੋ ਜੇ ਤਰਜਮਾ, ਐ ਰਸੂਲ ਉਹ ਪੁੰਚਾ ਜੋ ਮੈਂ ਅੱਲਾ ਨੇ ਤੇਰੇ ਤੇ ਨਾਜ਼ਲ ਕੀਤਾ ਹੈ, ਵ ਇਨ ਲਮ ਤਫਲ, ਠੀਕ ਹੈ, ਵ ਇਨ ਲਮ ਤਫਲ ਫੇਲ ਕਰਕੇ ਫੇਲਨ ਬੁਝਾ। ਰਸੂਲ ਫੇਲ ਕੀਤਾ ਨਾ ਇੱਥੋਂ ਹੱਥ ਫੜ ਕੇ, ਸਰਵਰ ਕਰਬਲਾ ਹੀ ਨਹੀਂ, ਉਹਨੇ ਆਖਿਆ ਕਦਰ ਦੇ ਹੱਥ ਵਿੱਚ ਕਲਜ ਕਜ਼ਾ ਦਾ ਹੱਥ ਹੈ, ਸ਼ਰਮ ਦੇ ਹੱਥ ਵਿੱਚ ਹਯਾ ਦਾ ਹੱਥ ਹੈ, ਅਜੀਬ ਮੰਜ਼ਰ ਹੈ ਖੁਮ ਤੇ ਸਰਵਰ, ਨਬੀ ਦੇ ਹੱਥ ਵਿੱਚ ਖੁਦਾ ਦਾ ਹੱਥ ਹੈ। ਇਹ ਸੁਣੀ ਹੈ, ਇਹ ਸੁਣੀ ਹੈ ਸਰਵਰ ਕਰਬਲਾ ਹੀ, ਫਿਰ ਸ਼ਰਮ ਕਰ, ਸੁਣੀ ਹੈ ਜਿਹਨੂੰ ਖੁਦਾ ਮੰਨੀ ਬੈਠਾ ਤੂੰ ਛੱਡੀ ਬੈਠਾ, ਅਸੀਂ ਖੁਦਾ ਨਹੀਂ ਆਉਂਦੇ ਵਲੀ ਤੋਂ ਮੰਨ। ਅੱਛਾ ਮੁੱਲਾ ਦੀ ਮਜਬੂਰੀ ਵੇਖ, ਹਰ ਦੌਰ ਚ ਵਰੈ ਕਾਜ਼ੀ ਸ਼ੁਰੈ ਬਹੁਤ ਬੜਾ ਆਦਲ, ਉਹਨੇ ਕਿਹਾ ਮੈਂ ਹੁਸੈਨ ਦਾ ਕਤਲ ਸਵਾਬ ਨਹੀਂ ਲਿਖਦਾ, ਜਿਹੜੇ ਅਸ਼ਰਫੀਆਂ ਦੀ ਮੋਰੀ ਮਿਲੀ ਉਹਨੇ ਕਿਹਾ ਲਿਖ ਦੇਣਾ, ਤੇ ਜਿਹੜੇ ਸਾਊਦੀਆਂ ਦੇ ਡਾਲਰ ਆਏ ਫਿਰ ਅਲੀ ਦੀ ਵਲਾਇਤ ਛੱਡ ਕੇ ਬੰਨੇ ਦੀ ਵਲਾਇਤ ਗੁਨਾਹਗਾਰ ਦੇ ਅੱਗੇ ਬੰਨੋ, ਅਲੀ ਦੀ ਵਲਾਇਤ ਛੁਡਾ ਦਿੱਤੀ। ਅੱਛਾ ਐਤ ਚੱਲ, ਉਹਨੇ ਕਿਹਾ ਤਬਲੀਗ ਕਰ, ਉਹ ਪਹੁੰਚਾ ਜਿਹੜਾ ਤੇਰੇ ਤੇ ਨਾਜ਼ਰ ਕੀਤਾ ਹੈ, ਫੇਲ ਕਰਕੇ ਵਿਖਾ, ਫੇਲ ਕਰਕੇ ਵਿਖਾ। ਰਸੂਲ ਪਾਕ ਨੇ ਕੁਝ ਖੌਫ ਮਹਿਸੂਸ ਕੀਤਾ, ਅੱਲਾ ਨੇ ਕਿਹਾ ਵਾ ਯਾ ਸਮਾ ਕਾ ਮਿਨ ਅਨਾਸ, ਇਹਨਾਂ ਨਾਸ ਤੋਂ ਮੈਂ ਤੈਨੂੰ ਬਚਾ ਲਾਂਗਾ, ਮੈਂ ਕਰਾਂਗਾ ਇਹਨਾਂ ਦਾ ਸੱਤਿਆ ਨਾਸ, ਡਰ ਨਹੀਂ। ਰਸੂਲ ਆਖਿਆ ਐਲਾਨ ਕਰੋ, ਸੱਦ ਮਾਰਿਆ ਯਾ ਹਈਆਲਾ ਖੈਰ ਅਲ ਅਮਲ, ਹਈਆਲਾ ਖੈਰ ਅਲ ਅਮਲ। ਅੱਛਾ ਇੱਕ ਹਵਾਲਾ ਉਹਦਾ ਨਾਨਕਿਆਂ ਵੱਲੋਂ ਦਿੱਤੀ ਨਾ ਜਾਵਾਂ, ਮੁਸੰਨਫ ਇਬਨ ਅਬੀ ਸ਼ੈਬਾ ਹਦੀਸਾਂ ਦਾ ਮੋਤਬਰ ਚੈਂਪੀਅਨ ਰਾਵੀ, 11 ਜਿਲਦਾਂ ਤੇ ਮੁਸ਼ਤਮਲ ਕਿਤਾਬ, ਹਰ ਉਹਦੀ ਜਿਲਦ ਸਹੀ ਬੁਖਾਰੀ ਜਿੱਡੀ, ਉਹਨੇ ਆਪਣੀ ਜਿਲਦ ਵਿੱਚ ਲਿਖਿਆ ਕਿਤਾਬੋ ਸਲਾਤ ਵ ਆਜ਼ਾਨ ਦੇ ਵਿੱਚ, ਮੁਸੰਨਫ ਇਬਨ ਅਬੀ ਸ਼ੈਬਾ ਰਾਵੀ ਦੱਸਦਾ ਪਿਆ ਜਿਹੜੇ ਸਰਦੀਸ ਦੇ ਨੇ, ਹਜ਼ਰਤ ਅਬੂ ਬਕਰ, ਹਜ਼ਰਤ ਉਮਰ, ਹਜ਼ਰਤ ਉਸਮਾਨ, ਹਜ਼ਰਤ ਅਬੂ ਹੁਰੈਰਾ, ਅੰਮੀ ਆਇਸ਼ਾ, ਠੀਕ ਹੈ, ਮੌਲਾ ਹਸਨ, ਮੌਲਾ ਅਲੀ, ਅਬੂ ਸਈਦ ਖਿਦਰੀ, ਅਬਦੁੱਲਾ ਇਬਨ ਅਬਾਸ, ਇਹ ਰਾਵੀ ਨੇ ਚੈਂਪੀਅਨ ਰਾਵੀ। ਹਦੀਸ ਕੀ ਹੈ, ਹਜ਼ਰਤ ਅਬਦੁੱਲਾ ਇਬਨ ਉਮਰ ਤੋਂ ਪੁੱਛਿਆ ਗਿਆ ਕਿ ਐ ਖਲੀਫਾ ਸਾਦੇ ਕਦੇ ਤੂੰ ਅਜ਼ਾਨ ਚ ਹਈਆ ਆਲਾ ਖੈਰ ਅਲ ਅਮਲ ਆਖਣਾ ਹੈ, ਮੁਸੰਨਫ ਇਬਨ ਅਬੀ ਸ਼ੈਬਾ ਚ ਲਫ਼ਜ਼ ਨਾ ਵੇ ਹਦੀਸ ਨਾ ਮੇਰਾ ਕਤਲ ਮਾਫ, ਆਖਿਆ ਕਿ ਕਦੇ ਆਖਣਾ ਹੈ, ਕਦੇ ਆਖਣਾ ਹੈ ਹਈਆ ਆਲਾ ਖੈਰ ਅਲ ਅਮਲ, ਤੇ ਕਦੇ ਨਾ ਸਲਾਹ ਤੋਂ ਖੈਰ ਨੂੰ ਮਿਨੰਦ, ਇਹ ਰੋਲਾ ਕੀ ਹੈ। ਹਜ਼ਰਤ ਅਬਦੁੱਲਾ ਇਬਨ ਉਮਰ ਰਜ਼ੀ ਅੱਲਾਹ ਤਾਲਾ ਲਿਖਦੇ ਨੇ, ਫਰਮਾਉਂਦੇ ਨੇ ਕਿ ਜਿਹੜੀ ਪਹਿਲੇ ਅਜ਼ਾਨ ਸੀ
ਜਿਹੜੀ ਮੁਹੰਮਦ ਨੇ ਬਲਾਲ ਨੂੰ ਤਲੀਮ ਦਿੱਤੀ ਹੈ ਮੁਸੰਨਫ ਇਬਨ ਅਬੀ ਸ਼ੈਬਾ ਚ, ਉਹ ਅਜ਼ਾਨ ਹੈ ਜਿਹਨੇ ਜਹੀਆ ਲਾ ਖੈਰ ਅਲ ਅਮਲ ਹੈ, ਤੇ ਜਿਹੜੀ ਮੇਰੇ ਅੱਬੇ ਹਜ਼ੂਰ ਨੇ ਲਾਈ ਉਹ ਸਲਾਤ ਤੋਂ ਖੈਰ ਬਣਨਾ ਉਹਨੇ, ਤੇ ਮੈਂ ਦੋਵੇਂ ਘਰ ਰੱਖਣੇ ਨੇ, ਵੋਟ ਉਹਨੂੰ ਵੀ ਦੇਣਾ ਤੇ ਉਹਨੂੰ ਵੀ, ਲਿਹਾਜ਼ਾ ਇਸੇ ਤਰੀਕੇ ਠੀਕ ਹੈ। ਤੇ ਤੁਸੀਂ ਪਾਰਟੀ ਪੋਜੀਸ਼ਨ ਕਲੀਅਰ ਕਰੋ, ਯਾ ਅਲੀ ਨੂੰ ਵਿਲਾਇਤ ਛੱਡ ਕੇ ਅਹਿਲੇ ਸੁਨਨਤ ਆ ਜਾਓ, ਯਾ ਅਲੀ ਦੀ ਵਿਲਾਇਤ ਮੰਨ ਕੇ ਸ਼ੀਆ ਦਾ ਨਾਮ ਕਰੋ। ਲਿਹਾਜ਼ਾ ਦੋ ਬੇੜੀਆਂ ਦੇ ਪੈਰ ਨਾ ਰੱਖੋ। ਮੁਨਾਫਕ ਪਤਾ ਕਿਹਨੂੰ ਆਉਂਦੇ ਨੇ? ਮੁਨਾਫਕ ਨਿਕਲੇ ਨਫਕ ਚੋਂ, ਤੇ ਅਰਬੀ ਚ ਨਫਕ ਸੱਦੇ ਨੇ ਚੂਹੇ ਦੀ ਖੁੱਡ ਨੂੰ। ਅਸੀਂ ਜੱਟ ਬੰਦੇ ਜ਼ਿਮੀਦਾਰ ਹੈ, ਕਣਕ ਦੇ ਵੱਢ ਨੂੰ ਜਾਂ ਕਮਾਨ ਦੇ ਵੱਢ ਨੂੰ ਪਾਣੀ ਲਾਈਏ ਨਾ, ਤੇ ਉੱਥੇ ਚੂਹੇ ਦੀਆਂ ਖੁੱਡਾਂ ਹੁੰਦੀਆਂ ਨੇ। ਜਿਹੜਾ ਪਾਣੀ ਟੋਟੇ ਚ ਆਉਂਦਾ ਨਾ, ਤੋ ਇੱਕ ਖੁੱਡ ਚ ਵੜ ਜਾਵੇ, ਪਾਣੀ ਇਧਰੋਂ ਵੀ ਨਿਕਲ ਪੈਂਦਾ, ਇਧਰੋਂ ਵੀ ਉਹ ਨਿਰੇ ਪਾਸੋਂ ਨਾ ਸੁਰਾਖ ਹੁੰਦੇ ਨੇ। ਮੁਨਾਫਕ ਨੂੰ ਹੁੰਦਾ ਜਿਹੜਾ ਇਹਨੂੰ ਵੀ ਆਖਰ ਠੀਕ ਆ, ਇਹਨੂੰ ਵੀ ਆਖਰ ਠੀਕ ਆ। ਰਸੂਲ ਆਖਿਆ ਨਹੀਂ? ਅਬੂ ਸਈਦ ਖਿਦਰੀ, ਅਬਦੁੱਲਾ ਇਬਨ ਅਬਾਸ, ਸੁਨੀਆਂ ਦੀ ਰਵਾਇਤ, ਕੌਕਬੇ ਦੁਰੀ, ਅਰਜੇ ਉਲ ਮਤਾਲਬ, ਤੇ ਜਨਾਬੇ ਉਹਦੇ ਮੁੱਦ, ਤਿੰਨੇ ਕਿਤਾਬਾਂ ਇਹਨੇ ਸੁਣਨ ਦੀਆਂ, ਤਿੰਨਾਂ ਚ ਹਦੀਸ ਨਾਲ ਮੇਰਾ ਕਤਲ ਮਾਫ। ਰਸੂਲ ਆਖਿਆ, ਇਹ ਸਹਾਬੀਆਂ ਦਾ ਕੌਲ ਹੈ। ਅੰਦਰ ਜਦੋਂ ਅਸੀਂ ਵੇਖਦੇ ਕਿ ਸਾਡੀ ਮਹਿਫਲ 'ਚ ਕੋਈ ਮੁਨਾਫਕ ਤਾਂ ਨਹੀਂ ਬੈਠਾ ਹੋਇਆ, ਅਸੀਂ ਜ਼ਿਕਰ ਅਲੀ ਸ਼ੁਰੂ ਕਰ ਦਿੰਦੇ, ਤੇ ਜਿਹੜਾ ਕੰਨ ਰੱਤੇ ਕਰਦਾ, ਅਸੀਂ ਖਾਸ ਗੱਲ ਨਹੀਂ ਕਰਦੇ, ਅਸੀਂ ਸਮਝਦਾ ਸੀ ਮੁਨਾਫਕ ਹੈ। ਤੇ ਜਦੋਂ ਤੂੰ ਅਲੀ ਦੀ ਵਿਲਾਇਤ ਦੀ ਗੱਲ ਕਰਨਾ, ਕਿੰਨੇ ਕੁ ਕੰਨ ਰੱਤੇ ਹੁੰਦੇ ਨੇ, ਤੇ ਸਮਝਿਆ ਨਹੀਂ ਤੂੰ? ਰਸੂਲ ਦੀ ਨਹੀਂ ਮੰਨੇ, ਗੁਲਾਮ ਰਸੂਲ ਦੀ ਮੰਨੀ ਜਾਂਦੇ, ਠੀਕ ਹੈ। ਹੁਣ ਆਖਿਆ, ਮੈਂ ਤੈਨੂੰ ਲੋਕਾਂ ਦੇ ਸ਼ਬਦ ਤੋਂ ਬਚਾ ਲਾਂਗਾ। ਅੱਛਾ, ਜਿਹੜਾ ਸ਼ੀਏ ਪੜ੍ਹਦੇ ਨੇ, ਸ਼ੀਏ ਪੜ੍ਹਦੇ ਫਮਾ ਬੱਲਗ ਤਾ ਰਸਾਲਾ ਤਾ, ਸ਼ੀਏ ਐਵੇਂ ਪੜ੍ਹਦੇ ਨੇ ਐਤ ਨੂੰ, ਕਿਤੇ ਸੁਣ ਲਓ ਕਿਸੇ ਦੀ ਮੂਵੀ ਹੈ ਅਲਾਮਾ ਦੀ, ਫਮਾ ਬੱਲਗ ਤਾ ਰਸਾਲਾ ਤਾ, ਸ਼ੀਏ ਐਵੇਂ ਪੜ੍ਹਦੇ ਨੇ, ਤਾਂ ਤੂੰ ਨੇ ਆਪਣੀ ਰਸਾਲਤ ਦਾ ਕੋਈ ਕੰਮ ਨਹੀਂ ਕੀਆ, ਇਹੋ ਆਖਦੇ ਨੇ ਸ਼ੀਏ। ਕਿਉਂਕਿ ਉੱਧਰੋਂ ਆਇਆ ਤੇ ਤਰਜਮਾ ਕੁਰਾਨ ਹੀ ਉਹਨਾਂ ਕੋਲੋਂ ਪੜ੍ਹਿਆ, ਠੀਕ ਹੈ, ਤੇ ਤਫਸੀਰ ਹੀ ਉੱਧਰੋਂ ਪੇਸ਼ ਕਰਨੀ ਚਾਹੁੰਦਾ। ਲਫ਼ਜ਼ ਕੁਰਾਨ ਦਾ ਨਾ ਹੋਵੇ ਮੇਰਾ ਕਤਲ ਮਾਫ਼। ਜਾ ਕੇ ਅੱਜ ਕੁਰਾਨ ਵੇਖ ਲਈ, ਕੁਰਾਨ 'ਚ ਲਫ਼ਜ਼ ਹੈ ਫਮਾ ਬੱਲਗਤਾ ਰਸਾਲਤਾ ਹੂ, ਫਮਾ ਬੱਲਗਤਾ ਰਸਾਲਤਾ ਹੂ, ਜਿਹੜੀ ਹੂ ਹੈ ਨਾ ਉਲਟੀ, ਇਹਦੀ ਜ਼ਮੀਰ ਅੱਲਾ ਵੱਲੇ ਜਾਂਦੀ ਪਈ ਗਈ। ਅੱਲਾ ਦਾ ਪਿਆ ਮੁਹੰਮਦ, ਤੂੰ ਇਹਦੀ ਵਿਲਾਇਤ ਨਾ ਪੁਚਾਈ ਤਾਂ ਮੇਰੀ ਰਸਾਲਤ ਨਹੀਂ ਪੁਚਾਈ। ਅਲੀ ਦੀ ਵਿਲਾਇਤ ਅੱਲਾ ਦੀ ਰਸਾਲਤ ਹੈ। ਬੜੇ ਤੌਹੀਦ ਦੇ ਨਾਰੇ ਲਾਣਾ, ਤੌਹੀਦ ਦਾ ਮੁਨਕਰ ਤਾਂ ਨਾ ਬਣ, ਤੌਹੀਦ ਦਾ ਮੁਨਕਰ ਤਾਂ ਨਾ ਬਣ, ਅਲੀ ਦੀ ਵਿਲਾਇਤ ਨੂੰ ਮੰਨ। ਅੱਲਾ ਕਿਹਾ ਫਮਾ ਬੱਲਗ ਤਾ ਰਸਾਲਤ ਆਹੂ ਵਯਾਸ ਮੌਕਾ ਮੇ ਨੰਨਾਸ। ਅੱਛਾ, ਕਮਾਲ ਹੈ, ਅੱਲਾ ਖਾਸ, ਐਤ ਖਾਸ, ਰਸੂਲ ਖਾਸ, ਜਿਨ੍ਹਾਂ ਤੋਂ ਰਸੂਲ ਡਰਦਾ ਉਹ ਬੰਦਾ ਹੀ ਖਾਸ, ਆਮ ਨਹੀਂ। ਅੱਛਾ, ਈ ਐਂਡ ਈ ਐਂਡ ਨਹੀਂ ਹੁੰਦਾ, ਈ ਐਂਡ ਈ ਐਂਡ ਪੜ੍ਹਿਆ ਥੋੜ੍ਹਾ ਸਮਝਾਉਣ ਦਾ, ਈ ਐਂਡ ਈ ਐਂਡ ਉਸ ਦੇ ਵਿੱਚ ਪਤਾ ਐਤ 'ਚ ਕੀ ਆਖਿਆ ਅੱਲਾ ਨੇ ਐਂਡ 'ਤੇ ਕੀ ਆਖਿਆ? ਇਨ ਅੱਲਾ ਲਾ ਯਹਦੀ ਅਲ-ਕੌਮ ਅਲ-ਕਾਫਰੀਨ। ਮੈਨੂੰ ਅਲਮ ਦੀ ਕਸਮ, ਇਸ ਮਜਮੇ 'ਚ ਤਾਜ਼ੇ ਹਾਜੀ ਨੇ, ਪਿੰਡਾਂ ਨੇ ਹਲੇ ਘਰਾਂ ਤੱਕ ਪਹੁੰਚੇ ਨਹੀਂ। ਇਹ ਪਹਿਲਾ ਚੌਂਕ ਹੈ ਜਿੱਥੋਂ ਲੋਕਾਂ ਨੇ ਆਪੋ ਆਪਣੇ ਘਰਾਂ ਨੂੰ ਜਾਣਾ ਹੈ। ਰਸੂਲ ਇੱਥੇ ਰੋਕ ਕੇ ਸਿਆਸਤ ਇਲਾਹੀਆ ਕਮਾਲ ਹੈ, ਸਿਆਸਤ ਇਲਾਹੀਆ ਕਮਾਲ, ਇੱਥੇ ਰੋਕ, ਰਸੂਲ ਇਹਨਾਂ ਨੂੰ ਐਲਾਨ ਕਰ। ਸਾਰੇ ਹਾਜੀ ਨਵੇਂ, ਐਤ ਦਾ ਐਂਡ ਪਤਾ ਕੀ ਹੈ? ਇਨ ਅੱਲਾ ਲਾ ਯਹਦੀ ਅਲ-ਕੌਮ ਅਲ-ਕਾਫਰੀਨ। ਹਬੀਬ, ਯਕੀਨਨ ਅੱਲਾ ਜ਼ਮਾਨਤ ਦੇ ਕੇ ਆਉਂਦਾ ਹੈ, ਇੰਨਾ ਯਕੀਨਨ ਮੈਂ ਕਾਫਰਾਂ ਨੂੰ ਹਦਾਇਤ ਨਹੀਂ ਕਰਨੀ,
ਉਹ ਗੱਲ ਅਲੀ ਦੀ ਵਿਲਾਇਤ ਦੀ ਏ। ਅੱਲਾਹ ਅੱਲਾਹ ਜਿਹੜਾ ਅਲੀ ਦੀ ਵਿਲਾਇਤ ਦਾ ਮੁਨਕਰ ਹੈ ਐਤ ਚ ਕਾਫਰ, ਤੂੰ ਇਹਨਾਂ ਦੁਆ ਆਉਂਦੇ ਤੂੰ ਮੰਗਾ ਲੈ, ਉਹਦੇ ਤੂੰ ਜਨਾਜ਼ਾ ਪੜਾ ਲੈ। ਉਧਰੋਂ ਤਾਂ ਹਵਾਲੇ ਦਿੰਦਾ ਦੋ ਚਾਰ ਸ਼ੀਆਂ ਦੇ ਹੀ ਦੇ ਲਾ ਕਿਸੇ ਨੂੰ। ਪਤਾ ਕੀ ਹੈ, ਇੱਕ ਗੱਲ ਕਰਾਂ, ਸਾਗ ਖਾਧਾ ਕਿਸੇ ਨੇ ਇਸ ਮਜਮੇ ਚ? ਮੈਂ ਤਾਂ ਖਾਣਾ ਸਾਰੇ ਖਾਦੇ। ਕਦੇ ਪੱਕਦਾ ਵੇਖਿਆ? ਜਿੱਡੀ ਮਹਾਰਤ ਵਾਲੀ ਔਰਤ ਹੋਵੇ, ਜਿੱਡੀ ਉਹਦਾ ਉੱਤੇ ਢੱਕ ਲਾਵੇ ਨਾ, ਉਹ ਇੱਦਾਂ ਉਬਾਲ ਹੁੰਦਾ ਢੱਕ ਉੱਤੇ ਨਹੀਂ ਰਹਿੰਦਾ। ਤੁਹਾਡਾ ਹੀ ਤਜਰਬਾ ਹੋਣਾ, ਕਾਫੀ ਬਜ਼ੁਰਗ ਬੈਠੇ, ਜਿਤਨਾ ਨਾ ਅੱਗ ਦਾ ਸੇਕਣਾ ਢੱਕ ਨਾ, ਜਿਤਨੀ ਮਹਾਰਤ ਵਾਲੀ ਔਰਤ ਹੋਵੇ, ਉਹ ਸਾਗ ਸਾਗ ਦਾ ਏਡਾ ਗੰਦਾ ਉਬਾਲ ਹੁੰਦਾ, ਢੱਕ ਚੱਕ ਕੇ ਭਰਾ ਮਾਰਦਾ। ਤੇ ਮੈਨੂੰ ਖੁਦਾ ਦੀ ਕਸਮ, ਅਲੀ ਦੀ ਵਿਲਾਇਤ ਦਾ ਉਬਾਲ ਇਹ ਤੋਂ ਹੀ ਵੱਡਾ ਹੁੰਦਾ। ਮੈਂ ਇਸ ਏਰੀਏ 'ਚ ਗਿਆ ਮਜਲਸ ਪੜਨ, ਉਹ ਇੱਕ ਦੁਕਾਨਦਾਰ ਤੋਂ ਨਾ ਮੈਂ ਕਿਹਾ ਕੋਈ ਟਾਫੀ ਲੈ ਲਾ ਬਈ ਭਾਵ ਜ਼ਬਾਨ ਨਾ ਖੁਸ਼ਕ ਹੋਵੇ। ਤੇ ਉਹ ਜਨਾਬ ਉਹਨੇ ਬੂਹੇ 'ਤੇ ਲਿਖਿਆ ਹੋਵੇ ਨਾ ਹੋਵੇ ਉਹਦਾ ਅਨਵਰ, ਉਹਨੇ ਆਖਿਆ ਕੋਈ ਅਲੀ ਨੂੰ ਮੰਨੇ ਅਨਵਰ ਤਾਂ ਵੀ ਖੁਸ਼, ਕੋਈ ਅਲੀ ਨੂੰ ਨਾ ਮੰਨੇ ਅਲੀ ਅਨਵਰ ਤਾਂ ਵੀ ਖੁਸ਼। ਮੈਂ ਆਖਿਆ ਕਿ ਮਾਲ ਲਿਖਿਆ ਖੜਾ, ਮੈਂ ਆਖਿਆ ਵੀ ਅਨਵਰ ਕੌਣ? ਉਹਨੇ ਆਖਿਆ ਮੈਂ ਕਿਹਾ ਇਹ ਕੀ ਲਿਖਿਆ? ਆਖਿਆ ਤੁਸੀਂ ਪੜ੍ਹਿਆ ਨਹੀਂ? ਮੈਂ ਕਿਹਾ ਲਿਖਿਆ ਅਲੀ ਨੂੰ ਕੋਈ ਮੰਨੇ ਅਨਵਰ ਤਾਂ ਵੀ ਖੁਸ਼, ਕੋਈ ਅਲੀ ਨੂੰ ਨਾ ਮੰਨੇ ਅਨਵਰ ਤਾਂ ਵੀ ਖੁਸ਼ ਦੀ ਵਜ੍ਹਾ। ਉਹਨੇ ਆਖਿਆ ਤੂੰ ਸਮਝਿਆ ਨਹੀਂ, ਰਸੂਲ ਆਖਿਆ ਵਾ ਮਾ ਯੰਤ ਦੇ ਮਸਾਕ ਨੇ ਕਿ ਕੋਈ ਅਲੀ ਨੂੰ ਮੰਨ ਕੇ ਹਲਾਲੀ ਹੋ ਜਾਵੇ ਅਨਵਰ ਤਾਂ ਵੀ ਖੁਸ਼, ਕੋਈ ਅਲੀ ਦਾ ਇਨਕਾਰ ਕਰਕੇ ਹਰਾਮੀ ਹੋ ਜਾਵੇ ਅਨਵਰ ਤਾਂ ਵੀ ਖੁਸ਼। ਮੁਹੰਮਦ ਦੀ ਸ਼ਫਾਤ ਨਾ ਕਰੇ, ਹਵਾਲਾ ਗਲਤ ਪੜਾ, ਠੀਕ ਹੈ? ਆਖਿਆ ਸਵਾਬਲ ਅਮਾਲ ਵਾ ਕਾਬਲ ਸ਼ੇਖ ਸਦੂਕ ਨੇ ਮੌਲਾ ਮੂਸਾ ਕਾਜ਼ਮ ਦਾ ਪੁੱਛਿਆ ਗਿਆ। ਅੱਲਾ ਦੇ ਇੱਕ ਬਰਗੁਜ਼ੀਦਾ ਬੰਦਾ ਸੀ ਨੂਹ, ਉਹਨੇ ਇੱਕ ਬੇੜੀ ਬਣਾਈ ਕਸ਼ਤੀ ਨਜਾਤ, ਤੇ ਉਸ ਦੇ ਉੱਤੇ ਹਰ ਜਿਨਸ ਦਾ ਜੋੜਾ ਚੜਾਇਆ, ਰਵਾਇਤ ਦੇ ਲਫ਼ਜ਼ ਨੇ ਹੱਤਾ ਕੇ ਸੂਰ ਤੇ ਕੁੱਤਾ ਹੀ ਚੜਾ ਲਿਆ। ਕੁੱਤਾ ਹੀ ਡਬਲ ਨਜਸ, ਸੂਰ ਹੀ ਡਬਲ ਨਜਸ ਕਸ਼ਤੀ ਨਜਾਤ ਤੇ। ਮੈਨੂੰ ਖੁਦਾ ਦੀ ਕਸਮ, ਇਹ ਪਾਕ ਆਲਮ ਦੀ ਕਸਮ, ਮੈਂ ਆਪਣੀ ਰਿਸਰਚ ਦੇ ਦੌਰਾਨ ਸਾਰੇ ਮਜ਼ਹਬ ਫਿਰ ਕੇ ਸ਼ੀਆ ਹੋਇਆ, ਠੀਕ ਹੈ, ਵਹਾਬੀ ਰਿਹਾ, ਸੁੰਨੀ ਰਿਹਾ, ਅਹਿਲ ਹਦੀਸ ਰਿਹਾ, ਯੂੰਡ ਜਲਾ ਸਿਪਾ ਸਾਹਿਬਾ ਦਾ। ਤੇ ਆਲੇ ਮੁਹੰਮਦ ਨੇ ਪੰਜਾ ਜ਼ਿਆਦ ਕਰਾ ਕੇ ਆਖਿਆ ਹੱਕ ਹੈ ਅਲੀ ਦਾ ਰਾਜ ਨੂੰ ਚਿਮੜ ਜਾ। ਉਸੇ ਦਿਨ ਆਲਮ ਲਾਇਆ ਹੈ 800-900 ਬੰਦੇ ਨੂੰ ਅਲੀ ਨੂੰ ਅਲੀਉੱਲਾ ਪੜਾਇਆ ਹੈ, ਅਸ਼ਰਾ ਰੱਖੀ ਬੈਠਾ, ਬਾਰਗਾ ਬਣਾਈ ਬੈਠਾ, ਸ਼ੀਆਂ ਤੋਂ 10 ਰੁਪਈਏ ਨਹੀਂ ਮੰਗੇ, ਕਿਉਂਕਿ ਜ਼ਾਕਰ ਨੂੰ ਤਾਂ ਦਿੰਦੇ ਨੇ 1.5 ਲੱਖ, ਤੇ ਹੁਸੈਨ ਦੀ ਮਜਲਿਸ ਜਾਂ ਇਮਾਮ ਬਾਰਗਾ ਸਾਹਿਬ ਨੂੰ 10 ਰੁਪਈਏ, ਠੀਕ ਹੈ? ਗੱਲਾਂ ਸੱਚੀਆਂ ਕਰਨੀਆਂ, ਮਿੰਬਰ ਸੱਚਾ ਹੈ। ਲਿਹਾਜ਼ਾ ਕਸ਼ਤੀ ਨਜਾਤ ਤੇ ਕੁੱਤਾ ਤੇ ਸੂਰ, ਗੱਲ ਕਰਾਂ ਮੈਨੂੰ ਆਲਮ ਦੀ ਕਸਮ, ਮੈਂ ਕਸ਼ਤੀ ਨਜਾਤ ਤੇ ਕੁੱਤੇ ਤੇ ਸੂਰ ਨੂੰ ਵੇਖਿਆ, ਅਲੀ ਨੂੰ ਅਲੀ ਬੰਦਾ ਦੁਸ਼ਮਣ ਨੂੰ ਨਹੀਂ ਵੇਖਿਆ। ਸਵਾਬਲ ਅਮਾਲ ਵਾ ਕਾਬਲ ਅਮਾਲ ਸ਼ੇਖ ਸਦੂਕ, ਸ਼ੇਖ ਸਦੂਕ ਆਖਦੇ ਨੇ ਰਵਾਇਤ ਲਿਖੀ ਮਸੂਮ ਤੋਂ, ਮੇਰੇ 7ਵੇਂ ਇਮਾਮ ਨੂੰ ਪੁੱਛਿਆ ਮੌਲਾ ਅੱਲਾ ਦੇ ਬਰਗੁਜ਼ੀਦਾ ਨਬੀ ਨੂਹ ਨੇ ਕੁੱਤੇ ਤੇ ਸੂਰ ਨੂੰ ਬਿਠਾਇਆ, ਕਿਸੇ ਨੂੰ ਨਹੀਂ ਵੀ ਚੜਾਇਆ? ਇਹ ਜਿਹੜੀ ਪੜ੍ਹ ਗਿਆ ਸ਼ੀਏ ਪੜ੍ਹਦੇ ਨੇ, ਜਿਹੜੀ ਅਗਲੀ ਪੜ੍ਹੂਗਾ ਸ਼ੀਆਂ ਦੀ ਕਿਤਾਬ ਹੈ ਪੜ੍ਹਦੇ ਨਹੀਂ। ਅੱਜ ਮਜ਼ੇ ਲੈ ਕੇ ਜਾਓਗੇ ਜਿਹੜੀ ਰਵਾਇਤ ਪੂਰੀ ਸੁਣੋਗੇ। ਮੇਰੇ 7ਵੇਂ ਇਮਾਮ ਨੂੰ ਪੁੱਛਿਆ ਮੌਲਾ ਕਿਸੇ ਨੂੰ ਨਹੀਂ ਵੀ ਚੜਾਇਆ? ਮੇਰਾ 7ਵਾਂ ਇਮਾਮ ਫਰਮਾਉਂਦਾ ਹਾਂ, ਹਰਾਮਜ਼ਾਦੇ ਨੂੰ ਨਹੀਂ ਚੜਾਇਆ।
ਸਵਾਬਲਾ ਮਾਲ ਬਾ ਕਾਬਲ ਮਾਲ ਸ਼ਾਇਕ ਸਦੂਕ ਦੀ ਨਾ ਲਫ਼ਜ਼ ਨਾਲ ਮੇਰਾ ਕਤਲ ਮਾਫ ਆਖਿਆ ਕੁੱਤੇ ਤੇ ਸੂਰ ਨੂੰ ਚੜਾਇਆ ਹਰਾਮ ਜ਼ਾਦੇ ਨੂੰ ਨਹੀਂ ਚੜਾਇਆ ਰਸੂਲ ਅੱਲਾਹ ਹਰਾਮ ਜ਼ਾਦਾ ਉਹ ਹੈ ਜਿਹੜਾ ਅਲੀ ਦਾ ਮੁਨਕਰ ਹੈ ਲਿਆ ਕੁੱਤੇ ਸੂਰ ਨੂੰ ਬਿਠਾਇਆ ਹੈ ਹਰਾਮੀ ਨੂੰ ਬਿਠਾਇਆ ਗੱਲ ਇੱਥੇ ਹੀ ਪੂਰੀ ਸੀ ਅੱਲਾ ਉਸ ਸਹਾਬੀ ਦਾ ਭਲਾ ਕਰੇ ਜਿਹੜਾ ਮੇਰੇ ਸੱਤਵੇਂ ਇਮਾਮ ਦੇ ਕਦਮਾਂ ਤੇ ਹਾਥ ਰੱਖ ਕਹਿੰਦਾ ਹੈ ਯਬਨਾ ਰਸੂਲਾ ਤੇਰਾ ਫਿਦਿਆ ਬਣਾ ਕੁੱਤੇ ਤੇ ਸੂਰ ਨੂੰ ਚੜਾਇਆ ਹੈ ਹਰਾਮੀ ਨੂੰ ਨਹੀਂ ਚੜਾਇਆ ਮੌਲਾ ਇਹ ਤਾਂ ਦੱਸੋ ਕੋਈ ਹਰਾਮ ਜ਼ਾਦੇ ਤੋਂ ਇਬਾਦਤਰ ਹੈ ਕਮਾਲ ਹੈ ਸਹਾਬੀ ਦੀ ਕਹਿੰਦਾ ਮੌਲਾ ਕੋਈ ਹਰਾਮੀ ਤੋਂ ਇਬਾਦਤਰ ਹੈ ਮੌਲਾ ਨੇ ਫਰਮਾਇਆ ਮੇਰੇ ਦਾਦੇ ਅਲੀ ਦੀ ਵਲਾਇਤ ਦਾ ਮੁਨਕਰ ਜ਼ਾਕਰਾਂ ਨੂੰ ਪੈਸੇ ਆਉਣ ਉਹ ਦੂਜੀ ਵਾਰੀ ਕਸੀਦਾ ਪੜ੍ਹਦੇ ਨੇ ਤੇ ਮੈਂ ਤਾਂ ਫਿਰ ਪੜ੍ਹਨਾ ਹੀ ਪੜ੍ਹਨਾ ਮੌਲੀਆਂ ਤਾਂ ਦੀ ਕਿਸਮਤ ਨਾਲ ਨੇ ਮੌਲਾ ਜਿਨ੍ਹਾਂ ਨੇ ਭੇਜੇ ਨੇ ਸਭ ਦੇ ਜਿਨ੍ਹਾਂ ਨਹੀਂ ਭੇਜੇ ਉਹਨਾਂ ਦੇ ਸਾਰਿਆਂ ਦੇ ਰਿਜ਼ਕ ਵਿੱਚ ਬਰਕਤ ਦੇਵੇ ਤੇ ਕਿਸੇ ਕਮੀਨੇ ਦਾ ਮੁਹਤਾਜ ਨਾ ਕਰੇ ਗੱਲ ਕੀ ਕਰਦਾ ਪਿਆ ਸਾਂ ਮੌਲਾ ਕਿਸੇ ਨੂੰ ਨਹੀਂ ਚੜਾਇਆ ਆਖਿਆ ਹਰਾਮੀ ਨੂੰ ਨਹੀਂ ਚੜਾਇਆ ਹਵਾਲਾ ਬਾਹਰ ਦੀ ਕਿਤਾਬ ਦੇ ਦਿਆਂ ਤੇ ਮਦਰਸੇ ਵਾਲਾ ਪਤਾ ਕੀ ਆਖਦਾ ਅੱਛਾ ਗੱਲ ਕਰੇ ਇੱਕ ਖੁਮਸ ਕਿੰਦਾ ਹਿੱਸਾ ਹੈ ਮੈਨੂੰ ਗੱਲ ਯਾਦ ਕਰਾਣੀ ਸਵਾਬ ਅਮਾਲ ਵਾਲੀ ਮੈਂ ਕਰਨੀ ਹਲੇ ਵਿੱਚੋਂ ਜ਼ਹਿਨ ਜਾ ਗਈ ਖੁਮਸ ਕਿੰਨੇ ਦਾ ਰਸੂਲ ਦਾ ਹਿੱਸਾ ਹੈ ਹੱਕ ਕਹਿੰਦਾ ਰਸੂਲ ਦਾ ਜਾਂ ਇਮਾਮ ਦਾ ਖੁਮਸ ਕਹਿੰਦਾ ਰਸੂਲ ਜਾਂ ਇਮਾਮ ਦਾ ਸ਼ੀਆ ਦੇ ਹਰ ਮਦਰਸੇ 'ਚ ਜਿਹੜਾ ਪਹਿਲਾ ਬਾਪ ਰਹਿੰਦਾ ਉਹ ਬਾਬੇ ਖੁਮਸ ਹੈ ਇੱਥੋਂ ਲੈ ਕੇ ਨਾ ਹੌਜ਼ਾ ਇਲਮੀਆ ਤੇ ਕਟੂਰੇ ਜਾਂ ਉਹਨਾਂ 'ਚ ਫਿਰ ਸ਼ਬਦ ਕਰ ਹਰ ਮਦਰਸੇ ਪਹਿਲਾ ਬਾਪ ਬਾਬੇ ਖੁਮਸ ਪੜਾਇੰਦਾ ਹੈ ਪੈਸੇ ਦਿਓ ਉਹ ਸੈਯਦਾਂ ਦਾ ਹੱਕ ਹੈ ਰਸੂਲ ਤੋਂ ਇਮਾਮ ਤੋਂ ਬਾਅਦ ਸੈਯਦ ਮੰਗਦੇ ਫਿਰਦੇ ਨੇ ਤੂੰ ਉਹਨੂੰ ਮਲਵਾਣੇ ਨੂੰ ਦੇਣਾ ਜਿਹਦਾ ਹੱਕ ਹੀ ਨਹੀਂ ਯਾਰ ਜੇ ਮੁਝ ਤੇ ਹਿੱਤ ਮੰਗਣਾ ਹੈ ਤੇ ਅਬੂ ਨਹੀਂ ਫਿਰ ਮੁਝ ਤੇ ਨਹੀਂ ਮੰਨ ਲਓ ਠੀਕ ਹੈ ਨਾ ਫਿਰ ਮੰਨੋ ਉਹਨੂੰ ਮੇਰੀ ਗੱਲ ਸੁਣ ਮੁਹੰਮਦ ਜੋ ਦੀ ਆਲ ਦਾ ਦੀਨ ਹੀ ਜੋ ਰਸੂਲ ਜੋ ਦੀ ਆਲ ਆਖਿਆ ਉਹਨੂੰ ਮੰਨ ਮੌਲਵੀ ਦੀ ਆਖਿਆ ਨਾ ਲੱਗ ਮੌਲਵੀ ਚਾਹੇ ਆਪਣਾ ਹੋਵੇ ਤੇ ਚਾਹੇ ਪਰਾਇਆ ਡਾਕਟਰ ਇਕਬਾਲ ਨੂੰ ਮੌਲੀ ਨੇ ਆਖਿਆ ਕਾਫਰ ਹੈ ਡਾਕਟਰ ਇਕਬਾਲ ਕਹਿੰਦੇ ਉਹਨੇ ਸ਼ੇਰ ਪੜਿਆ ਮੁੱਲਾ ਤੰਗ ਨਜ਼ਰ ਨੇ ਮੈਨੂੰ ਕਾਫਰ ਜਾਣਾ ਕਾਫਰ ਇਹ ਸਮਝਦਾ ਹੈ ਕਿ ਮੁਸਲਮਾਨ ਹੂੰ ਮੈਂ ਲਿਹਾਜ਼ਾ ਗੱਲ ਪਤਾ ਕੀ ਕਰ ਉਹ ਕਿਸ਼ਤੀ ਵਾਲੀ ਇਸ ਕਿਤਾਬ ਦਾ ਹਵਾਲਾ ਸਵਾਬਲ ਮਾਲ ਬਾ ਕਾਬਲ ਮਾਲ ਸ਼ੇਖ ਸਦੂਕ ਤਿੰਨ ਰਾਵੀ ਤੇ ਤਿੰਨੇ ਮਸੂਮ ਤੇ ਮਸੂਮ ਉਹਨਾਂ ਦੀ ਨਜ਼ਰ 'ਚ ਜਿਹੜੇ ਗਾਲੀ ਸ਼ੀਆ ਨੇ ਉਹ ਤਾਂ ਅਲੀ ਅਸਗਰ ਨੂੰ ਮਸੂਮ ਮੰਨਦੇ ਨੇ ਉਹ ਤਾਂ ਅਬਾਸ ਨੂੰ ਮੰਨਦੇ ਨੇ ਉਹ ਤਾਂ ਇਸ ਗੱਲ ਦੇ ਹਰ ਫਤ ਨੂੰ ਮੰਨਦੇ ਨੇ ਮਗਰ ਜਿਹੜੇ ਮੁਕੱਸਰ ਨੇ ਉਹ ਆਖਦੇ ਨੇ ਨਹੀਂ ਬਸ ਇਹ 14 ਹੀ ਨੇ ਜੇ 14 ਨੇ ਤਾਂ ਕੁਰਾਨ ਕਹਿੰਦਾ ਮਰੀਮ ਮਸੂਮ ਹੈ ਛੱਡ ਦੇ ਠੀਕ ਹੈ ਗੱਲ ਪਤਾ ਕੀ ਹੈ ਤਿੰਨ ਮਸੂਮ ਰਾਵੀ ਮੇਰੇ ਮੌਲਾ ਸਾਦਕੇ ਆਲੇ ਮੁਹੰਮਦ ਮੇਰੇ ਮੌਲਾ ਜ਼ੈਨੁਲ ਆਬਦੀਨ ਮੌਲਾ ਸੈਯਦ ਸਜਾਦ ਮੌਲਾ ਬਾਕਰ ਅਲ ਇਸਲਾਮ ਸਵਾਬ ਅਲ ਅਮਾਲ ਵਾ ਕਾਬਲ ਸ਼ੇਖ ਸਦੂਕ ਤਿੰਨਾਂ ਇਮਾਮਤ ਰਵਾਇਤ ਹੈ ਪੁੱਛਿਆ ਗਿਆ ਮੌਲਾ ਤੇਰੇ ਦਾਦੇ ਅਲੀ ਦੀ ਵਲਾਇਤ ਦੇ ਮੁਨਕਰ ਦੇ ਬਾਰੇ ਕੀ ਖਿਆਲ ਹੈ ਤਿੰਨਾਂ ਇਮਾਮ ਫਰਮਾਉਂਦੇ ਨੇ ਉਹ ਦੁਨੀਆ ਨਹੀਂ ਛੱਡੇਗਾ ਜਿੰਨਾ ਜ਼ਿਕਰ ਜਹੰਨਮ ਦੇ ਗਰਮ ਖੋਲਦੇ ਹੋਏ ਪਾਣੀ ਦਾ ਘੁੱਟ ਨਾ ਪੀ ਲਵੇ ਇਸੇ ਦੁਨੀਆ 'ਚ ਤਿੰਨ ਇਮਾਮ ਆਉਂਦੇ ਪਏ ਨੇ ਤੇ ਤੂੰ ਆਖਣਾ ਹੈ ਪਹਿਲਾ ਹੀ ਮੁਹੰਮਦ ਹੈ ਤੇ ਆਖਰੀ ਮੁਹੰਮਦ ਹੈ ਦਰਮਿਆਨਾ ਮੁਹੰਮਦ ਹੈ ਸਾਰੇ ਮੁਹੰਮਦ ਨੇ ਤੇ ਤਿੰਨ ਮੁਹੰਮਦ ਆਖਦੇ ਪਏ ਨੇ ਤਿੰਨ ਮੁਹੰਮਦ ਆਉਂਦੇ ਨੇ
ਨੇ, ਦੁਨੀਆ ਨਹੀਂ ਛੱਡੇਗਾ ਜਿੰਨਾ ਚਿਕਰ ਜਹਨਮ ਦੇ ਗਰਮ ਖੋਲ ਦੇ ਪਾਣੀ ਦਾ ਘੁੱਟ ਨਾ ਪੀ ਲਵੇ। ਆਹਾ, ਤਵੱਜੋ ਮੇਰੇ ਬੰਨੇ ਰੱਖਣਾ, ਗਰਮ ਪਾਣੀ ਦਾ ਜਹਨਮ ਦੇ ਖੋਲ ਦੇ ਘੁੱਟ ਨਾ ਪੀਵੇ, ਦੁਨੀਆ ਨਹੀਂ ਛੱਡੇਗਾ। ਗੱਲ ਅਗਲੀ ਪਤੇ ਦੀ ਹੈ, ਇਹਨਾਂ ਤੋਂ ਪੁੱਛਿਆ ਦਿਨਾ ਇਮਾਮਾ ਤੋਂ, ਮੌਲਾ ਫਰਮਾਇਆ ਸਾਡੇ ਦਾਦੇ ਅਲੀ ਦੀ ਵਲਾਇਤ ਦਾ ਮੁਨਕਰ ਉਹ ਰੋਜ਼ਾ ਰੱਖੇ ਲਖੀ ਜਾਏਗੀ ਚੋਰੀ। ਰਵਾਇਤ ਦਾ ਲਫ਼ਜ਼ ਨਾ ਬਣ, ਮੇਰੀ 14 ਸ਼ਫਾਤ ਨਾ ਕਰਨ, ਮੁਹੰਮਦ ਸ਼ਫਾਤ ਨਾ ਕਰੇ, ਆਲੇ ਮੁਹੰਮਦ ਸ਼ਫਾਤ ਨਾ ਕਰਨ। ਰਵਾਇਤ ਨੇ ਰੱਖੇਗਾ ਚੋਰ ਰੋਜ਼ਾ ਲਖੀ ਜਾਏਗੀ ਚੋਰੀ। ਮੇਰੀਆਂ ਭੈਣਾਂ ਮਾਵਾਂ ਬੈਠੀਆਂ ਨੇ, ਜਿਹੜੇ ਲਫ਼ਜ਼ ਰਵਾਇਤ ਨੇ ਉਹ ਨਹੀਂ ਆ ਸਕਦਾ, ਥੋੜਾ ਜਿਹਾ ਮੁਤਬਾਦਲਾ ਨਾ ਸਮਝ ਆਈ। ਅੱਗੇ ਇਹਨਾਂ ਤਿੰਨਾਂ ਇਮਾਮਾਂ ਆਖਿਆ ਕਰ ਪੜੇਗਾ ਨਮਾਜ਼ ਲਖੀ ਜਾਏਗੀ ਬੁਰਾਈ। ਰਵਾਇਤ ਲਫ਼ਜ਼ ਨਾ ਹੁਣ ਕਤਲ ਮਾਫ, ਕਿਉਂ ਛੱਡੀ ਬੈਠਾ ਅਲੀ ਦੀ ਵਲਾਇਤ? ਮੈਂ ਇੱਥੋਂ ਪੁੱਛ, ਮੈਨੂੰ ਖੁਦਾ ਦੀ ਕਸਮ ਉਹ ਦਿਨ ਇਹਨੇ ਜਦੋਂ ਸ਼ੀਆ ਨਮਾਜ਼ ਵਾਸਤੇ ਮੈਂ ਤਰਸਦਾ ਰਿਹਾ, ਮੈਨੂੰ ਮੇਰੇ ਇਲਾਕੇ ਸ਼ੀਆ ਹੀ ਕੋਈ ਨਹੀਂ ਸੀ, ਮੇਰੇ ਚੱਕ ਚੱਲਣ ਵੀ ਕੋਈ ਨਹੀਂ ਸੀ, ਐਸਮ ਹਾਫ ਆਬਾਦੀ ਤੇ ਅਲਮ ਨੇ ਤੇ ਜਿੱਡਾ ਸੋਹਣਾ ਬਾਦਸ਼ਾਹ ਵਾਲੇ ਘਰ ਇਮਾਮ ਬਣ ਕੇ ਬੈਤੁਲ ਹੁਸਨ ਬਣਾਇਆ ਹੈ ਪੰਜਾਬ ਚ ਕੋਈ ਨਹੀਂ। 5 ਕਿੱਲੇ ਪਿਓ ਨੇ ਜ਼ਮੀਨ ਦਿੱਤੀ ਸੀ, ਅੱਧੀ ਵੇਚ ਕੇ ਇਮਾਮ ਬਾਰਗਾ ਬਣਾ ਲਈ, ਠੀਕ ਹੈ? ਉਹ ਕਿਉਂ ਸ਼ੀਆਂ ਦੀ ਕਿਉਂ ਮਿੰਦਾ ਕਰਨਾ? ਆਲੇ ਮੁਹੰਮਦ ਤੋਂ ਮੰਗ, ਨੁਸਰਤ ਫਤਿਹ ਅਲੀ ਨੂੰ ਜਾਣਦੇ ਹੋ? ਉਹਦੀਆਂ 4-17 ਜ਼ਹਿਨ ਚੱਲ ਜਾਂਦੇ, ਪਤਨੀ ਬੜੀ ਨਿਜ਼ਾਮੀ ਦਾ ਕਲਾਮ ਹੈ। ਉਹ ਆਂਦਾ ਅੱਲਾ ਨਬੀ ਜਾਣਦਾ ਅਲੀ ਦਾ ਮੁਕਾਮ, ਕਾਤਲਾਂ ਨੂੰ ਅਲੀ ਦਿੰਦੇ ਸ਼ਰਤਾਂ ਦੇ ਜਾਮ, ਸ਼ਹਿਨ ਸ਼ਹਿਨੇ ਰੱਖਦੇ ਨੇ ਅਲੀ ਦੇ ਗੁਲਾਮ, ਪੁੱਤਰਾਂ ਦਾ ਅਲੀ ਦੇ ਫਕੀਰਾਂ ਨੂੰ ਆਣਾ। ਭਾਈ ਅਲੀ ਦੇ ਬੂਹੇ ਦਾ ਪੁੱਤਰ ਫਕੀਰ ਦਿੰਦਾ, ਤੂੰ ਸ਼ੀਆ ਕਿ ਨਹੀਂ ਲੈ ਸਕਦਾ? ਬੰਦਾ ਬੈਠਾ ਸੀ ਨਾਦਰ ਇਰਾਨੀ ਮੌਲਾ ਅਲੀ ਦੇ ਰੋਜ਼ੇ ਤੇ, ਉਹਨੇ ਆਖਿਆ ਕੋਈ ਨਹੀਂ, ਉਹਨੇ ਕਿਹਾ ਮੈਂ ਸਲਾਮ ਕਰਕੇ ਨਾ ਹੋਈਆਂ ਕਤਲ ਕਰ ਦਿਆਂਗਾ। ਉਹਨੇ ਰੋ ਕੇ ਮੰਗੀਆਂ ਦੇ ਦਿੱਤੀਆਂ, ਮੰਗ ਤਾਂ ਸਹੀ, ਇਹ ਤਾਂ ਮੋੜਦੇ ਹੀ ਨਹੀਂ। ਲਿਹਾਜ਼ਾ ਕਿਸੇ ਲੰਮੇ ਜ਼ਿੰਦਗੀ 'ਚ ਹੱਥ ਬੰਨ ਕੇ ਆਉਂਦਾ ਪਿਆ ਸੈਯਦ ਗੈਰ ਸੈਯਦ, ਆਪਣੀ ਰਿਜ਼ਲਟ ਜਿਹੜੀ ਨਾ ਰਿਸਰਚ ਹੁੰਦਾ ਵਿਛੋੜ ਦਿੰਦਾ ਪਿਆ ਕਿਸੇ ਜ਼ਿੰਦਗੀ ਦੇ ਲੰਮੇ 'ਚ। ਧੀਆਂ ਵੇਚਣੀਆਂ ਪਰ ਵੇਚਦੀਆਂ ਅਲੀ ਦੀ ਵਲਾਇਤ 'ਤੇ ਸਮਝੌਤਾ ਨਾ ਕਰੀ, ਅਗਰ ਕਰ ਲਿਆ ਤਾਂ ਨਾ ਰਸੂਲ ਸ਼ਾਫੇ ਮਹਿਸ਼ਰ ਬਣ ਨਹੀਂ ਤੇ ਨਾ ਮੁਹੰਮਦ ਵਾਲੇ ਮੁਹੰਮਦ ਬਣ। ਕੋਈ ਨਮਾਜ਼ ਨਹੀਂ, ਤੇਰਾ ਮਸੂਮ ਇਮਾਮ ਫਰਮਾਉਂਦਾ ਹੈ, ਤੇਰਾ ਨਬੀ ਫਰਮਾਉਂਦਾ। ਬਿਹਾਰੁਲ ਅਨਵਾਰ ਦੀ ਹਦੀਸ ਭਾਈਜਾਨ, ਬਿਹਾਰੁਲ ਅਨਵਾਰ 'ਚ ਮੇਰੇ ਰਸੂਲ ਫਰਮਾਇਆ ਕੋਈ ਬਿਆਨ ਕਰਨ ਵਾਲਾ ਨਾਂ ਨਹੀਂ ਲਿਆ, ਵੀ ਅੱਲਾ ਦੀ ਤਹਿਦਰੀ ਸੈਯਦ ਜਲੀਲ ਸੈਦ ਕਾਜ਼ਮੀ ਜਾਂ ਕੋਈ ਹੋਰ, ਕੋਈ ਬਿਆਨ ਕਰਨ ਵਾਲਾ ਮੁਹੰਮਦ ਮੁਸਤਫਾ ਪਮਾ ਜਨਤਕ ਦੇ ਮਸਤਾਕ ਨਬੀ ਆਉਂਦੇ ਪਏ ਨੇ, ਕੋਈ ਬਿਆਨ ਕਰਨ ਵਾਲਾ ਅਲੀ ਦੀ ਫਜ਼ੀਲਤ ਮਿੰਬਰ ਤੋਂ ਬਿਆਨ ਕਰ ਰਿਹਾ ਹੋਵੇ ਤੇ ਸੁਣਨ ਵਾਲਿਆਂ ਦੇ ਵਿੱਚੋਂ ਕੋਈ ਬੰਦਾ ਕਿਉਂ ਜਾਂ ਕੈਸੇ ਕਹਿ ਦੇ? ਅਨਕਾਰ ਨਹੀਂ, ਅਨਕਾਰ ਨਹੀਂ, ਕਿਉਂ ਜਾਂ ਕੈਸੇ ਕਹਿ ਦੇ? ਮੁਹੰਮਦ ਫਰਮਾਉਂਦਾ ਮੈਨੂੰ ਉਸ ਜ਼ਾਤ ਦੀ ਕਸਮ ਜਿਸ ਦੇ ਕਬਜ਼ਾ ਕੁਦਰਤ 'ਚ ਮੈਂ ਮੁਹੰਮਦ ਦੀ ਜਾਨ ਹੈ, ਬੰਦਾ ਕਾਫਰ ਹੋ ਜਾਂਦਾ। ਮੇਰੇ ਮੋਹਤਰਮ ਸੈਯਦਜ਼ਾਦਾ ਬੈਠਾ, ਮਿਲਾਦ ਦਾ ਮਹੀਨਾ, ਅੱਜ ਦਾ ਦਿਨ ਆਖਰੀ ਪੁਰਸੇ ਦਾ, ਮੈਂ ਉਮਤੀ ਹੋ ਕੇ ਕਿ ਤੁਹਾਡੀ ਮਿਹਰਬਾਨੀ ਤੁਹਾਡੀ ਸਾਰਿਆਂ ਦੀ, ਅਤੇ ਮੇਰੀ ਆਦਤ ਹੀ ਹੈ ਜਿੰਦਾ ਖਾਨਾ ਉਹਦਾ ਗਾਣਾ, ਸੈਯਦ ਗੈਰ ਸੈਯਦ ਤਾਂ ਮੈਂ ਮਸ਼ਹੂਰ ਹਾਂ, ਕੀਤਾ ਤੁਸੀਂ ਆਪਣੇ ਵਾਸਤੇ ਮੈਂ ਮਸ਼ਹੂਰ ਹਾਂ, ਮੈਂ ਹੱਥ ਬੰਨ ਕੇ ਤੁਹਾਡਾ ਸ਼ੁਕਰੀਆ ਅਦਾ ਕਰਨਾ। 2 ਮਹੀਨੇ ਅਤੇ 8 ਦਿਨ ਜਿਹਨਾਂ ਨੂੰ ਆਪਣੇ ਨੇ ਰੋਏ ਤੁਸੀਂ ਉਹਨਾਂ ਨੂੰ ਰੋਂਦੇ ਫਿਰੇ, ਮੈਨੂੰ ਖੁਦਾ ਦੀ ਕਸਮ ਅੱਜ ਆਖਰੀ ਦਿਨ ਹੈ। ਜਿੰਦਾ ਲੋਕ ਮਿਲਾਦ ਕਰਦੇ ਨਾ ਉਹਦੇ ਪੁੱਤਰਾਂ ਨੂੰ ਬੰਦਿਆਂ ਨੇ ਬੜਾ ਮਾਰਿਆ, ਮਿਲਾਦ ਵਾਲੇ ਦੇ ਪੁੱਤਰਾਂ ਨੂੰ ਬੜਾ ਮਾਰਿਆ,
ਸਿਰ ਮਲਾਦ ਵਾਲੇ ਦੇ ਪੁੱਤਰਾਂ ਨੂੰ ਨਹੀਂ ਮਾਰਿਆ, ਮਲਾਦ ਵਾਲੇ ਦੀਆਂ ਅੱਖੀਆਂ ਨੂੰ ਬੜਾ ਮਾਰਿਆ, ਇਹਨਾਂ ਮਾਰਿਆ ਕਿਸੇ ਨਬੀ ਦੇ ਪੁੱਤਰਾਂ ਨੂੰ ਨਹੀਂ ਮਾਰਿਆ ਜਿਵੇਂ ਮੁਹੰਮਦ ਦੀਆਂ ਅੱਖੀਆਂ ਨੂੰ ਮਾਰਿਆ। ਇਸ ਵਜ੍ਹਾ ਤੋਂ ਦੀਆਂ ਲੈ ਕੇ ਅਸੀਂ ਗੈਰਤ ਮੰਨਦਾ, ਕਦੇ ਉਸ ਬਾਜ਼ਾਰ, ਕਦੇ ਉਸ ਚੌਕ, ਕਦੇ ਉਸ ਬਾਜ਼ਾਰ, ਕਦੇ ਉਸ ਸ਼ਹਿਰ, ਕਦੇ ਉਹ ਸ਼ਹਿਰ, ਇਸ ਵਜ੍ਹਾ ਤੋਂ ਜਾਂਦੇ ਹਾਂ ਕਿ ਜਿੰਦਾ ਮਲਾਦ ਮਨਾਉਂਦੇ ਨਾ, ਸਿਰਫ ਇਹੀ ਦੱਸੀਏ ਵੀ ਦੀਆਂ ਲੈ ਕੇ ਬਾਜ਼ਾਰ ਤਾਂ ਆਏ ਜਦੋਂ ਬਿਨਾਂ ਸਾਡੀ ਨਿਭਦੀ ਨਹੀਂ, ਦੀਆਂ ਲੈ ਕੇ ਬੰਦਾ ਉੱਥੇ ਨਾ ਜਦੋਂ ਨਿਭੇ ਨਾ। ਅਸਲਦਾਰੋ ਅੱਜ ਦਾ ਦਿਨ ਸੀ ਜਿਹੜਾ ਬਸ਼ੀਰ ਇਬਨ ਜਜ਼ਮ ਨੇ ਐਲਾਨ ਕੀਤਾ ਨਾ, ਲੋਗੋ ਮਦੀਨੇ ਦੇ ਸਰਦਾਰ ਆ ਗਏ ਜਨਾਬੇ ਜਾਫਰ ਬਿਨ ਅਬਾਸ ਖੜੇ ਸਨ ਦੌੜੇ, ਨਿੱਕੇ ਨਿੱਕੇ ਹੱਥ ਬੰਨ ਕੇ ਦੀ ਦਾਦੀ ਉਮਰ ਮਦੀਨ ਅੱਜ ਤੋਂ ਬਾਅਦ ਨਾ ਰੋਈ। ਬੀਬੀਆਂ ਦੀ ਕਿਉਂ ਜਾਫਰ ਕਿਉਂ ਨਾ ਰੋਵਾਂ, ਕੋਈ ਸਾਡੇ ਸੱਜਣ ਆ ਗਏ ਅੱਗੇ। ਹਾਂ ਦਾਦੀ, ਇੱਕ ਬੰਦਾ ਹੈ ਜਿਹਦੇ ਸਿਰ ਚ ਖਾ ਕੇ ਗਿਰੇ ਬੰਨ ਚਾ ਕੇ ਆਸਤੀਨਾ ਉਲਟੀਆਂ ਨੇ, ਪੈਰੋਂ ਨੰਗਾ ਹੈ, ਕਾਲਾ ਲੰਕਣ ਦੇ ਨਾਲ ਲਾ ਕੇ ਮਦੀਨੇ ਦੀਆਂ ਗਲੀਆਂ ਚ ਐਲਾਨ ਕਰਦਾ ਪਿੰਦਾ, ਲੋਕੋ ਮਦੀਨੇ ਦੇ ਸਰਦਾਰ ਆ ਗਏ। ਮੈਂ ਸੋਚਿਆ ਮੇਰੇ ਚਾਚੇ ਹੁਸੈਨ ਤੋਂ ਵੱਡਾ ਮਦੀਨੇ ਦਾ ਸਰਦਾਰ ਕਿਹੜਾ। ਆਖਿਆ ਕਿੱਥੇ? ਆਖਿਆ ਰੋਜ਼ਾ ਰਸੂਲ ਤੇ ਬੈਠਾ। ਬੀਬੀ ਨੇ ਆਖਿਆ ਅੱਛਾ, ਮੈਂ ਆਪਣੇ ਪੁੱਤਰਾਂ ਦੀਆਂ ਦਾ ਆਪ ਪੁੱਛਣੀ ਆ। ਬੀਬੀ ਕਨਾਤ ਦੇ ਅੰਦਰ ਆ ਗਈ, ਆਖਿਆ ਬੰਦਾ ਖੁਦਾ ਐਲਾਨ ਤੂੰ ਕਿੱਥੇ ਕਿ ਹੁਸੈਨ ਆ ਗਿਆ? ਬਸ਼ੀਰ ਰੋਜ਼ ਜਾਂਦਾ, ਮੈਂ ਮਖਦੂਮਾ ਇੱਥੇ ਨਹੀਂ ਆਖਿਆ ਹੁਸੈਨ ਆਇਆ, ਮੈਂ ਤਾਂ ਆਖਿਆ ਐਲੇ ਮਦੀਨਾ ਜ਼ੈਨਬ ਆ ਗਈ। ਅਜ਼ਦਾਰ ਮਦੀਨਾ ਮਦਾ ਕਬਾਤਮ ਕਦਾ ਸੀ, ਤੇ ਜਿਸ ਵਕਤ ਨਾ ਅਲਾਮਾ ਰਸ਼ੀਦ ਤੁਰਾਬੀ ਦਾ ਜੁਮਲਾ ਕੋਰ ਕਰਦਾ ਪਿਆ, ਉਹ ਮੌਲਾ ਦਰਜਾਤ ਬੁਲੰਦ ਕਰੇ ਉਹਨਾਂ ਦੇ, ਉਹ ਫਰਮਾਉਂਦੇ ਨੇ ਹਰ ਸੈਯਦਾਦੀ ਉਤਰੀਏ, ਹਰ ਉਤਰੀਏ, ਮਗਰ ਸਾਨੀਏ ਜ਼ਾਰਾ ਨੇ ਆਪਣੇ ਆਪ ਨੂੰ ਉੱਠ ਤੋਂ ਗਿਰਾ ਦਿੱਤਾ। ਜਿਵੇਂ ਜ਼ਾਕਰ ਪੜ੍ਹਦਾ ਨਾ, ਪਿਸਰ ਬਲਾ ਪਿਦਰ ਬਲਾਸ਼ੇ ਪਿਸਰ ਜ਼ਾਨੂ ਬਜ਼ਾਨੂ ਰਸੀਦ, ਮੁਹੰਮਦ ਦੀ ਧੀਰ ਦਾ ਟੁਰਿਆ ਨਹੀਂ ਗਿਆ, ਇਰਕਾਂ ਦੇ ਭਾਰ ਬੀਬੀ ਜ਼ੈਨਬ ਟੁੱਟੀ ਹੋਈ, ਰੋਜ਼ਾ ਰਸੂਲ ਦੀ ਚੌਖਟ ਨੂੰ ਆ ਕੇ ਪਕੜਿਆ, ਆਖਿਆ ਨਾਨਾ 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 ਮੁਹੰਮਦ ਤੇਰੀ ਜ਼ੈਨਬ ਆ ਗਈ। ਇਸ ਤੋਂ ਬਾਅਦ ਬੀਬੀ ਖਸ਼ ਕਰ ਗਈ, ਕਾਫੀ ਦੇਰ ਤੋਂ ਬਾਅਦ ਫਾਕਾ ਹੋਇਆ, ਫਿਰ ਉੱਠੀ, ਉੱਠ ਕੇ ਦੂਜੀ ਗੱਲ ਕੀਤੀ, ਨਾਨਾ 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 ਮੁਹੰਮਦ ਦੁੱਖ ਇਸ ਗੱਲ ਦਾ ਮੈਂ ਜ਼ਿੰਦਾ ਆ ਗਈ, ਨਾਨਾ ਤੇਰੀ ਜ਼ੈਨਬ ਜ਼ਿੰਦਾ ਆ ਗਈ, ਨਾਨਾ ਹਜ਼ਾਰ ਜ਼ਿਲਤਾ ਵੇਖ ਕੇ ਆਏ ਹੈ, ਸਾਨੂੰ ਇਵੇਂ ਲੈ ਕੇ ਬਾਜ਼ਾਰਾਂ 'ਚ ਫਿਰਦਾ ਸਨ ਜਿਵੇਂ ਹਬਸ਼ਾ ਦੇ ਤੇ ਰੂਮ ਦੇ ਕੈਦੀ ਹੋਣ, ਨਾਨਾ ਸਾਡਾ ਕੋਈ ਵਾਰਿਸ ਨਹੀਂ ਸੀ, ਨਾਨਾ ਸਾਨੂੰ ਸਲਾਮ ਕਰਨ ਵਾਲਾ ਕੋਈ ਨਹੀਂ ਸੀ, ਨਾਨਾ ਹੱਥ ਆ ਗਈ ਜ਼ਿਲਤਾਂ ਦੀ, ਨਾਨਾ ਤੇਰੀਆਂ ਧੀਆਂ ਨੂੰ ਤੇਰੇ ਕਲਮਾ ਪੜ੍ਹਨ ਵਾਲੇ ਕਨੀਜ਼ 'ਚ ਮੰਗਦੇ ਲੈ ਗਏ। ਉਸ ਤੋਂ ਬਾਅਦ ਬੀਬੀ ਨੇ ਉਹਦਾ ਲੋ ਇੱਕ ਕੱਛੜੀ ਮੰਗਾਈ, ਉਹਨਾਂ 'ਚ ਇੱਕ ਕਮੀਜ਼ ਕੱਢਿਆ, ਰੋਜ਼ਾ ਰਸੂਲ ਦੀ ਕਬਰ 'ਤੇ ਰੱਖਿਆ, ਮਦੀਨੇ 'ਚ ਜ਼ਬਤ ਲਾਇਆ, ਨਬੀ ਕਮਰ ਦੀ ਕਰਬਾਰ ਆਏ, ਆਖਿਆ ਦੀ ਹੁਸੈਨ ਦਾ ਕੁੜਤਾ ਮੇਰੀ ਕਬਰ ਤੋਂ ਉਠਾ ਲੈ, ਆਖਿਆ ਬਸ ਨਾਨਾ ਨਬੀਆਂ ਦਾ ਸਾਬਤ ਤੇ ਸੁਲਤਾਨ ਨਾਨਾ ਬਸ, ਪੁੱਤਰ ਦਾ ਕਮੀਜ਼ ਨਹੀਂ ਮਿਲ ਸਕਿਆ, ਅਗਰ ਇਹ ਤੇਰੇ ਪਹਿਲੂ 'ਚ ਨਾ ਮਹਿਰਮ ਨਾ ਹੁੰਦੇ, ਮਖਲੂਕ ਦਾ ਰਸ਼ ਨਾ ਹੁੰਦਾ, ਰਾਤ ਨੂੰ ਆਸਾਂ ਤੇ ਤੈਨੂੰ ਆ ਕੇ ਦੱਸਾਂ ਤੇਰੀਆਂ ਧੀਆਂ ਨੂੰ ਕੀ ਅਜਰ ਰਸਾਲਾ ਦਿੱਤਾ ਹੈ। ਅੱਲਾ ਲਾਨਤੁਲਾਹ ਅਲਾ ਕੌਮੇ ਜ਼ਾਲਿਮੀਨ।